ਲੋਕਡਾਨ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਉੱਗੇ ਵਿਦਵਾਨ ਹਰ ਵਰ ਦੇ ਤਰ੍ਹਾਂ ਮੌਜੂਦ ਨੇ ਡਾਕਟਰ ਪੈਰਲਰ ਗਰਕਤਵ ਗਰਕਸਾਪ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਜੀ ਬਾਬਾ ਜੀ ਗਰਕਸਾਪ ਪੰਥਕ ਸਿਆਸਤ ਜਦੋਂ ਅਸੀਂ ਗੱਲ ਕਰਦੇ ਹਾਂ ਪੰਥਕ ਸਿਆਸਤ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਕਰ ਰਿਹਾ ਇੱਕ ਬਾਦਲ ਫੈਮਿਲੀ ਜੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਾਦਲ ਪਰਿਵਾਰ ਇੱਕ ਉਹਨਾਂ ਤੇ ਦੋ ਸੰਵਿਧਾਨ ਰੱਖਣ ਦਾ ਜਿਹੜਾ ਮਾਮਲਾ ਸੀ ਉਹ ਮਾਮਲਾ ਚਰਚਾ ਦੇ ਵਿੱਚ ਸੀ ਆਈ ਆਪਣਾ ਕੋਰਟ ਤੱਕ ਉਹ ਮਾਮਲਾ ਗਿਆ ਕਾਨੂੰਨੀ ਜਿਹੜੀ ਅੜਚਲਾਂ ਸੀ ਉਸ ਮਾਮਲੇ ਦੇ ਵਿੱਚ ਰਹੀਆਂ ਹੁਣ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਉਸ ਮਾਮਲੇ ਦੇ ਦੇ ਪ੍ਰਟੀਸ਼ਨਰ ਬਣੇ ਹੋਏ ਸੀ ਬਲਵੰਤ ਸਿੰਘ ਖੇੜਾ ਕਿ ਦੋ ਸੰਵਿਧਾਨ ਰੱਖੇ ਹੋਏ ਨੇ ਜਦੋਂ ਇਲੈਕਸ਼ਨ ਲੜਦੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਕੇ ਉਦੋਂ ਪੰਥਕ ਬਣ ਜਾਂਦੇ ਨੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਕੋਲ ਜਾਂਦੇ ਨੇ ਉਦੋਂ ਆਪਣੇ ਆਪ ਨੂੰ ਫਿਰ ਪੰਜਾਬੀ ਪਾਰਟੀ ਕੋਚ ਤੋਂ ਉੱਥੇ ਕੀਤਾ ਹੋਇਆ ਕਿ ਸਾਡਾ ਧਰਮ ਦੇ ਨਾਤੇ ਅਸੀਂ ਸਿਆਸਤ ਨਹੀਂ ਕਰ ਸਕਦੇ ਆਪਾਂ ਜਾਣਦੇ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਕਿ ਧਰਮ ਦੇ ਨਾਤੇ ਸਿਆਸਤ ਨਹੀਂ ਹੋ ਸਕਦੀ ਦੂਜੇ ਪਾਸੇ ਇਹ ਗੱਲ ਵੀ ਨਾਲ ਦੇ ਨਾਲ ਚੱਲਦੀ ਰਹੀ ਹੈ ਕਿ ਅਸੀਂ ਪੰਥਕ ਸਿਆਸਤ ਕਰਦੇ ਹਾਂ ਪੰਥ ਨੂੰ ਖਤਰਾ ਪੰਥ ਦੇ ਨਾਂ ਦੇ ਉੱਤੇ ਹਮੇਸ਼ਾ ਜਿਹੜੀ ਸਿਆਸਤ ਖੇਢੀ ਗਈ ਹੈ ਸ਼੍ਰੋਮਣੀ ਇਕਾਲੀ ਦਲ ਨੂੰ ਜਾਂ ਕੀਤੀ ਗਈ ਹੈ ਦੂਜੇ ਪਾਸੇ ਇਸ ਵਾਰ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੋਣੀ ਹੈ ਨਵੰਬਰ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਉੱਥੇ ਵੀ ਬਾਦਲ ਫੈਮਿਲੀ ਨੂੰ ਖਾਸ ਕਰਕੇ ਬੱਚ ਤਾਂ ਕੰਡੈਮ ਕਰਦੀ ਹੈ ਬਾਦਲ ਫੈਮਿਲੀ ਕੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਐਸਜੀਪੀਸੀ ਦੇ ਨਾਲ ਪਰ ਕਿਤੇ ਨਾ ਕਿਤੇ ਇਸ ਵਾਰ ਬੀਬੀ ਜਗੀਰ ਕੌਰ ਦੀ ਬਗਾਵਤ ਜਾਂ ਹੋਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਖਾਸ ਕਰਕੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਸਾਹਿਬ ਦਾ ਐਡਾ ਇੱਕ ਫਲਸਫਾ ਸੀ ਧਰਮ ਤੇ ਸਿੱਖ ਰਾਜਨੀਤੀ ਦੇ ਸੰਦਰਭ ਦੇ ਵਿੱਚ ਸਿੱਖ ਰਾਜਨੀਤੀ ਡਾਕਟਰ ਸਾਹਿਬ ਉਸ ਤੇ ਵੀ ਗੱਲ ਕਰਾਂਗੇ ਅੱਡੀ ਛੋਟੀ ਕਿਉਂ ਹੋ ਗਈ ਸਿੱਖ ਰਾਜਨੀਤੀ ਕੀ ਸਿੱਖ ਸਿਧਾਂਤ ਸਿੱਖ ਰਾਜਨੀਤੀ ਸਿਰਫ ਵੋਟਾਂ ਤੱਕ ਅਸੀਮਤ ਹੈ ਜਾਂ ਇਸ ਤੋਂ ਅੱਗੇ ਕੋਈ ਸਿੱਖੀ ਰਾਜਨੀਤੀ ਦਾ ਕੋਈ ਫਲਸਫਾ ਹੈਗਾ ਦੁਨੀਆ ਨੂੰ ਸਿੱਧ ਦੇਣ ਦਾ ਗੁਰਗ੍ਰੰਥ ਸਾਹਿਬ ਤੋਂ ਕੋਈ ਗਿਆਨ ਲੈ ਕੇ ਅੱਗੇ ਦੁਨੀਆ ਦੇ ਵਿੱਚ ਵੰਡਣ ਦਾ ਪਰ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਰਾਹਤ ਮਿਲੀ ਹੈ ਦੋ ਸੰਵਿਧਾਨਾਂ ਦੇ ਮਾਮਲੇ 'ਚ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਕਮੇਟੀ ਦਾ ਮੈਟਰ ਹੈਗਾ ਉਹ ਮਾਮਲਾ ਗਲੇ ਦੀ ਹੱਡੀ ਬਣਿਆ ਹੋਇਆ ਕੱਲੇਦਨ ਦੇਖੋ ਭੰਗੂ ਸਾਹਿਬ ਵੀ ਦੋ ਸਰਦਾਨ ਇਹਨਾਂ ਨੇ ਜਦ ਪੰਜਾਬੀ ਪਾਰਟੀ ਬਣਾਈ ਉਸ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਸਾਰਾ ਕੁਝ ਉਹਦੇ ਵਿੱਚ ਬਲਵੰਤ ਸਿੰਘ ਖੇੜਾ ਨੇ ਬਹੁਤ ਵੱਡੀ ਉਹਨਾਂ ਦੀ ਉਮਰ ਹੋ ਗਈ ਬੜਾ شدت ਨਾਲ ਇਹ ਘੋਲ ਲੜਿਆ ਹੈ ਜਿਹਦੇ ਵਿੱਚ ਪਹਿਲਾਂ ਪੇਸ਼ ਹੀ ਨਹੀਂ ਹੁੰਦੇ ਫੇਰ ਕਦੇ ਦਾਗ ਦਰਗੇ ਸੀ ਕਿ ਮੈਂ ਪੇਸ਼ ਹੋ ਗਏ ਕਦੇ ਕੋਈ ਪੇਸ਼ ਹੋ ਗਏ ਕਦੇ ਕੁਝ ਹੋਏ ਆਕਰ ਕਰੋ ਲੰਬਾ ਕੋਲ ਚੱਲਦਾ ਰਿਹਾ ਤੇ ਮੈਂ ਕਾਫੀ ਉਹਦੇ ਬਾਰੇ ਉਹਨਾਂ ਨਾਲ ਖੇੜਾ ਸਾਹਿਬ ਨਾਲ ਵੀ ਬਹੁਤ ਵਾਰੀ ਮੇਰੀ ਚਰਚਾ ਹੁੰਦੀ ਰਹੀ ਹੈ। ਹੁਸ਼ਾਲਪੁਰ ਜਾ ਕੇ ਵੀ ਔਰ ਇੱਥੇ ਵੀ ਅਸੀਂ ਗਾਹੇ-ਬਾਹੇ ਮਿਲ ਕੇ ਇਸ ਗੱਲ ਦੇ ਉੱਤੇ ਗੱਲ ਕਰਦੇ ਰਿਹਾ ਔਰ ਉਹ ਜਿਹੜੇ ਪੈਸੇ ਖੁੱਸਲੇ ਹੁੰਦੇ ਸੀ ਉਹ ਵੀ ਮੈਨੂੰ ਭੇਜਦੇ ਰਹੇ ਨੇ। ਕਿ ਉਹਦੇ ਵਿੱਚ ਅਸੀਂ ਜਿਆਦਾ ਇਸ ਨੂੰ ਦੇਖਦੇ ਆ ਤਾਂ ਤੇ ਇਹਨਾਂ ਨੂੰ ਸਮਨ ਜਾਰੀ ਹੋਣਾ ਇਹਨਾਂ ਨੂੰ ਦੋਸ਼ ਤੈਹ ਹੋਣੇ ਇਹ ਕਾਫੀ ਕੁਝ ਹੋ ਗਿਆ ਸੀ। ਹੁਣ ਜਿਹੜਾ ਸੁਪਰੀਮ ਕੋਰਟ ਨੇ ਸਟੇ ਕਰੀ ਆ ਉਹ ਮੈਨੂੰ ਐ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਜੇ ਸਪਸ਼ਟੀਕਰਨ ਸੁਪਰੀਮ ਕੋਰਟ ਦੇ ਸਾਹਮਣੇ ਨਹੀਂ ਉਹਨਾਂ ਨੇ ਨੋਟਿਸ ਜਾਰੀ ਕਰੇ ਦੋਨੋਂ ਤਰ੍ਹਾਂ ਨੂੰ ਤੇ ਉਹ ਨੋਟਿਸ ਦੇ ਵਿੱਚ ਜਵਾਬ ਆਏਗਾ ਵੀ ਕੀ ਆਉਂਦਾ ਹੈ ਜੇ ਨੋਟਿਸ ਜਾਰੀ ਹੋ ਗਿਆ ਜੇ ਇਹਨਾਂ ਨੇ ਤੱਕ ਇਹਨਾਂ ਦਾ ਮੁਕਦਮਾ ਹੀ ਪਾਇਆ ਦੇ ਕੇ ਨੋਟਿਸ ਨੂੰ ਜਾਰੀ ਕਰਿਆ ਅਰ ਤੁ ਸਰਕਾਰ ਨੂੰ ਵੀ ਕਰਿਆ ਇਸੀ ਸੋ ਉਹਦੇ ਵਿੱਚ ਜਦ ਇਹ ਜਵਾਬ ਜਿਹੜੀ ਦੂਜੀ ਤਰ੍ਹਾਂ ਜਿਹਨੇ ਇੱਥੇ ਕੇਸ ਪਾਇਆ ਰਿਹਾ ਸੀ ਉਹ ਜੇ ਜਵਾਬ ਦੇਗੀ ਤਾਂ ਗੱਲ ਸਾਹਮਣੇ ਆਏਗੀ ਅਸਲ 'ਚ ਇਹ ਮੁੱਦਾ ਐ ਨਹੀਂ ਐ ਕਾਦੀਦਾਰ ਨੇ ਉੱਥੇ ਸਟੈਂਡ ਇਹ ਲਿਆ ਇਹਨਾਂ ਦੇ ਵਕੀਲ ਸਾਹਿਬ ਨੇ ਕਿ ਜੀ ਚੋਣਾ ਸੀ ਲੜ ਸਕਦੇ ਆ ਸ਼ੁਰੂਆਤੀ ਕਮੇਟੀ ਦੀਆਂ ਚੋਣਾ ਲੜਨ ਨਾਲ ਇਹ ਨਹੀਂ ਐ ਕਿ ਅਸੀਂ ਸੈਕੂਲਰ ਇੰਡੀਆ ਤੋਂ ਵੱਖਰੇ ਹੋ ਗਏ ਇਹ ਤਾਂ ਕਿਸੇ ਕੋਈ ਕਹਿੰਦਾ ਹੀ ਨਹੀਂ ਇਹ ਤਾਂ ਖੇਡਾ ਸਾਹਿਬ ਦੀ ਪਟੀਸ਼ਨ ਵੀ ਨਹੀਂ ਕਹਿੰਦੀ ਜੋ ਕਹਿੰਦੇ ਨੇ ਉਹ ਇਹ ਕਹਿੰਦੇ ਸਿਧਾਂਤ ਤੋਂ ਨਹੀਂ ਲੱਗ ਸਕਦੀ ਇੱਕ ਪਾਰਟੀ ਉਸ ਸਿਧਾਂਤ 'ਤੇ ਲੈ ਚੋਣਾ ਲੜਨ ਤਾਂ ਤਾਂ ਕੋਈ ਨਹੀਂ ਰੁਕਦਾ ਉਹਨਾਂ ਨੂੰ ਤੁਸੀਂ ਜਦ ਚੋਣਾਂ ਪਾਰਟੀ ਦਾ ਜਾਂ ਉਹ ਕਹਿਣ ਵੀ ਚੋਣਾਂ ਲੜਨ ਵਾਸਤੇ ਅਸੀਂ ਆ ਜੱਥੇਬੰਦੀ ਬਣਾਈ ਹੈ ਜੀ ਦਾ ਸੰਵਿਧਾਨਾ ਹੋਏਗਾ ਸਮਝੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਕਿਹੜਾ ਸਾਫ ਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਸੰਵਿਧਾਨ ਦਿੱਤੇ ਨੇ ਇੱਕ ਸੰਵਿਧਾਨ ਉਸ ਨੇ ਦਿੱਤਾ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਚੋਣ ਕਰਾਉਂਦਾ ਹੈ ਸ਼੍ਰੋਮਣੀ ਕਮੇਟੀ ਦੀ ਜਿਹੜਾ ਇਲੈਕਸ਼ਨ ਅਧਿਕਾਰੀ ਹੁੰਦਾ ਉਹਨੂੰ ਪੇਸ਼ ਕਰਦੇ ਨੇ ਕਿ ਆ ਸਰਦਾਰਾ ਸਾਡਾ ਜਿਹਦੇ ਤਹਿਤ ਅਸੀਂ ਬਤੌਰ ਸ਼੍ਰੋਮਣੀ ਕਾਲੀ ਦਲ ਚੋਂ ਨਾ ਲੜ ਸਕਦੇ ਜੀ ਦੂਜਾ ਉਹ ਸਰਦਾਰਾਂ ਦਿੰਦੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚੋਣ ਕਮਿਸ਼ਨ ਨੂੰ ਭਾਰਤ ਦੇ ਚੋਣ ਕਮਿਸ਼ਨ ਨੂੰ ਉਹਨਾਂ ਨੂੰ ਦਿੰਦੇ ਨੇ ਕਿ ਅਸੀਂ ਭਾਰਤ ਦੇ ਵਿੱਚ ਪਾਰਲੀਮੈਂਟਰੀ ਚੋਣਾਂ ਸ਼੍ਰੋਮਣੀ ਕਮੇਟੀ ਦੀਆਂ ਨਹੀਂ ਪਾਰਲੀਮੈਂਟਰੀ ਚੋਣਾਂ ਲੜ ਸਕਦੇ ਆ ਕਿਉਂਕਿ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਆ ਹੁਣ ਕਿਸੇ ਧਰਮ ਨਿਰਪੱਖ ਪਾਰਟੀ ਦਾ ਕਿਸੇ ਮੰਦਿਰ ਗੁਰਦੁਆਰੇ ਜਾਂ ਕਿਸੇ ਵੀ ਧਾਰਮਿਕ ਸਥਾਨ ਦਾ ਪ੍ਰਬੰਧ ਕਰਨਾ ਜਾਂ ਉਸ ਸਥਾਨ ਦੇ ਮੈਨੇਜਮੈਂਟ 'ਚ ਹਿੱਸਾ ਲੈਣਾ ਇੱਥੇ ਤਾਂ ਕੋਈ ਰੋਕ ਨਹੀਂ ਹੈ ਪਰ ਜੇ ਉਹ ਸੰਵਿਧਾਨ ਤੋ ਦੇਵੇ ਉਹ ਹਲਤਾ ਸੋ ਇਹ ਜਿਆਦਾ ਗੱਲ ਸਾਹਮਣੇ ਜਾਏਗੀ ਬਾਕੀ ਤਾਂ ਸਮੇਂ ਤੋਂ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਜਾਂਦਾ ਵੱਡਾ ਮੁੱਦਾ ਇਹ ਹੈ ਕਿ ਜੇ ਸੰਵਿਧਾਨ ਤੋ ਇੱਕੋ ਪਾਰਟੀ ਦਿੰਤੇ ਨੇ ਇਹ ਨੂੰ ਉਹਨਾਂ ਨੇ ਤੋ ਖਤੜੀ ਕਿ ਵੀ ਇਲੈਕਸ਼ਨ ਕਮਿਸ਼ਨਰ ਵੀ ਕਰ ਰਹੇ ਨੇ ਇਹ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵੀ ਕਰ ਰਹੇ ਨੇ ਜਿਉਂ ਅਧਿਕਾਰੀ ਨਾਲ ਦੀ ਤੋਕਾ ਦਿਖੋ ਕਿ ਜਿਹੜੀ ਗੁਰਦੁਆਰਾ ਚੋਣਨੀ ਗੁਰਦੁਆਰਾ ਵੰਦ ਕਮੇਟੀ ਚੋਣਾ ਉਹ ਹੀ ਤਸਰ ਕਰਦੇ ਤਹਿਤਾ ਹੈ ਕਿਉਂਕਿ 1964 ਦੇ ਪੁਨਰਗਠਨ ਕਾਨੂੰਨ ਦੇ ਵਿੱਚ ਇਸ ਨੂੰ ਬਾਡੀ ਕਾਰਪੋਰੇਟ ਕਹਿ ਕੇ ਇੰਟਰਸਟੇਟ ਬਾਡੀ ਕਹਿੰਦਾ ਉਹ ਗੱਲ ਬੱਕਰੀ ਆ ਵੀ ਹੁਣ ਹਰਿਆਣੇ ਦੀ ਬੱਕਰੀ ਹੋ ਗਈ ਇਹ ਚਾ ਜੇ ਕੁਝ ਡੋੜ ਪੈਗੀ ਜੋ ਵੀ ਕਰਨਾ ਪਰ ਇਹ ਤਿੰਨ ਚੀਜ਼ਾਂ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕ ਪੰਜਾਬ ਯੂਨੀਵਰਸਿਟੀ ਔਰ ਇੱਕ ਹੀ ਸ਼੍ਰੋਮਣੀ ਗੁਰਦਵਾਰਾ ਕੰੰਡਕ ਕਮੇਟੀ ਦਾ ਐਕਟ 2025 ਦਾ ਇਹ ਤਿੰਨੇ ਉਹਨਾਂ ਨੇ ਇਹ ਕੇਂਦਰ ਦੇ ਦੀ ਰੱਖੇ ਸੀ ਕਿ ਕਹੇ ਕਿ ਇਹ ਇੰਟਰ ਸਟੇਟ ਹੋ ਗਏ ਸੋ ਇਸ ਕਰਕੇ ਉਹਦੇ ਵਿੱਚ ਵੀ ਦੋ ਸੰਧਾਨ ਰੱਖਨੇ ਉਹ ਗਲਤ ਹੈ ਇਹ ਨਹੀਂ ਹੈ ਕਿ ਉਹਨਾਂ ਦਾ ਚੋਣਾ ਨਹੀਂ ਡਾ ਸਕਦੇ ਚੋਣਾ ਚਾਹੇ ਖੇਡਾ ਸਾਹਿਬ ਨੇ ਕੋਈ ਦਰਾਜ ਨਹੀਂ ਕਰਾ ਵੀ ਚੋਣਾ ਚਾਹੇ ਪਾਰਟਿਸਪੇਟ ਨਹੀਂ ਕਰ ਸਕਦੇ ਉਹ ਤਾਂ ਬਹੁਤ ਛੋਟਾ ਹੁੰਦਾ ਹੈ ਜੇ ਇਹ ਤਰਾਜ ਆਏ ਵੀ ਦੇਖੋ ਜੀ ਇਹ ਧਾਰਮਿਕ ਵੀ ਕਰਦੇ ਨੇ ਫਲਾਣਾ ਵੀ ਕਰਦੇ ਨੇ ਉਹ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਪਹਿਲਾਂ ਤਾਂ ਇੱਥੇ ਇਹਨੂੰ ਗੱਲ ਨੂੰ ਆਪਾਂ ਜੇ ਦੇਖੀਏ ਕਿ ਇਹ ਜਦ ਨੋਟਿਸ ਦੇ ਉੱਤੇ ਉਹ ਜਵਾਬ ਹੋਏਗਾ ਉਦੋਂ ਗੱਲ ਹੋਊਗੀ ਕਈ ਵਾਰੀ ਸਟੇ ਮਿਲ ਜਾਂਦੀ ਹੁੰਦੀ ਹੈ ਮੈਂ ਬਹੁਤ ਸਾਰੇ ਕੇਸਾਂ 'ਚ ਦੇਖਿਆ ਪੈਨੀਫੀਸ਼ੀਅਸ ਸਟੇ ਹੋ ਜਾਂਦੀ ਐ ਐਕਸਪਰਟ ਸਟੇ ਉਹਨੂੰ ਕਹਿੰਦੇ ਨੇ ਇੱਕ ਤਰਫਾ ਇੱਕ ਤਰਫਾ ਜਿਹੜਾ ਹੈ ਉਹਤੇ ਰੋਕ ਲੱਗ ਜਾਂਦੀ ਹੁੰਦੀ ਹੈ ਪਰ ਫੇਰ ਜਿਹੜਾ ਹੈ ਉਹ ਬਾਅਦ ਦੇ ਵਿੱਚ ਔਰ ਸਟੇ ਵੀ ਸਟੇਟਸ ਕੋ ਹੈ ਜਾਂ ਸਟੇ ਹੈ ਸਟੇਟਸ ਕੋ ਹੁੰਦਾ ਹੈ ਕਿ ਜਿਹੇ ਜਿਹੇ ਹੱਦ ਸੀ ਉਹੀ ਜਿਵੇਂ ਨਹੀਂ ਰਹੇ ਪਰ ਇੱਥੇ ਤਾਂ ਜਿਹੜਾ ਥੱਲੇ ਵਾਲੀ ਅਦਾਲਤ ਦਾ ਹੁਕਮ ਹੋਇਆ ਸ਼ਾਇਦ ਉਹਦੇ ਉੱਤੇ ਸਟੇ ਲਗਾਈ ਹੋਵੇ ਤੇ ਜੇ ਪ੍ਰोसीडिंग ਸਟੇ ਕਰੀ ਹੋਊਗੀ ਜਾਂ ਵੀ ਉੱਥੇ ਕਾਰਵਾਈ ਅਜੇ ਰੋਕੇ ਰੱਖੀ ਜਾਵੇ ਅਗਲੀ ਕਾਰਵਾਈ ਕਰੀ ਨਾ ਜਾਵੇ ਥੱਲੇ ਅਦਾਲਤੋਂ ਇਹ ਹੁਕਮ ਆਉਣਾ ਸੋ ਇਹ ਸਾਰਾ ਜਿਹੜਾ ਅਸੀਂ ਦੇਖਦੇ ਆ ਇਹਦੇ ਨਾਲ ਇਹ ਰਾਹਤ ਵੱਡੀ ਵਾਲੀ ਗੱਲ ਨਹੀਂ ਹੈ ਇਹ ਟੈਂਪਰੇਰੀ ਤੌਰ ਤੇ ਅਰਜੀਤ ਵਰਤਿਆ ਪੰਨੂ ਲੱਗ ਸਕਦਾ ਕਿਉਂਕਿ ਸਾਡੇ ਤਾਂ ਸਿਆਸਤ ਚ ਇਹ ਹੈ ਨਾ ਵੀ ਜੋ ਫਟਾਫਟੀ ਹੁਣ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਜੀ ਉਹ ਹੈ ਇਹ ਇਹ ਅਜੇ ਕੋਈ ਏਡੀ ਵੱਡੀ ਗੱਲ ਹੈ ਨਹੀਂ ਕੋਈ ਜਿੱਤ ਨਹੀਂ ਹੈ ਇਹ ਇਹ ਤਾਂ ਕਿਤੇ ਵੀ ਹੋ ਜਾਂਦਾ ਹੁੰਦਾ ਔਰ ਮੈਂ ਆਪ ਇਹ ਜੀ ਕੇ ਸਰਕਾਰ ਦੇ ਭੁਤਿੰ ਜਿਸੇ ਪਹਿਲੀ ਪੇਸ਼ੀ ਸਟੇ ਹੋਈ ਹੋ ਸੀ ਸੁਪਰੀਮ ਕੋਰਟ ਚ ਅਗਲੀ ਪੇਸ਼ੀ ਤੋਂ ਕੇਸ ਹੀ ਡਿਸਮਿਸ ਹੋ ਗਿਆ ਅਗਲਾ ਨਾ ਸਟੇ ਦੀ ਤੱਕ ਨਹੀਂ ਛੱਡੋ ਨਾਲ ਹੀ ਨਿਕਤਾ ਵੀ ਡਿਸਮਿਸ ਕਰਿਆ ਜਾਂਦਾ ਉਹ ਜੀ ਡਿਸਟੇਂਸ ਤੇ ਜੋ ਕੈਟ ਕਰ ਜਾਂਦੀ ਹੈ ਸੋ ਇਹ ਜੀ ਕੋਈ ਗੱਲ ਨਹੀਂ ਹੈ ਜੀ ਪਰ ਡਾਕਟਰ ਉਹ ਕਿਤੇ ਨਾ ਕਿਤੇ ਅੜਗਲ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈਗੀ ਹੈ ਤੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਉਹਨਾਂ ਨੇ ਰਾਜ ਕੀਤਾ ਪੰਥ ਨੂੰ ਵੀ ਲੀਡ ਕਰਦੇ ਰਹੇ ਨੇ ਆਪਣੇ ਮੁਤਾਬਕ ਉਹ ਤੇ ਸਿਆਸੀ ਤੌਰ ਤੇ ਤਾਂ ਲੀਡ ਉਹਨਾਂ ਦੇ ਹੱਥ ਦੇ ਵਿੱਚ ਰਹੀ ਹੈਗੀ ਹੈ ਅੱਜ ਬਾਦਲ ਪਰਿਵਾਰ ਨੂੰ ਪੰਥਕ ਸਵਾਲਾਂ ਦੇ ਵਿੱਚ ਘਿਰ ਗਏ ਨੇ ਉਹ ਜਿਵੇਂ ਸ਼ਰੋਣੀ ਕਮੇਟੀ ਬੀਬੀ ਜਗੀਰ ਕੌਰ ਦੀ ਆਪਸੀ ਬਗਾਵਤ ਹੈਗੀ ਹੈ ਕਈ ਬੁੱਧੀਜੀਵੀ ਤਬਕੇ ਇਸ ਗੱਲ ਨੂੰ ਇਦਾਂ ਸੋਚਦੇ ਨੇ ਉਹ ਕਹਿੰਦੇ ਨੇ ਕਿ ਇਹ ਸਭ ਕੁਝ ਖਤਮ ਹੋਣਾ ਖੇਤਰੀ ਪਾਰਟੀ ਦਾ ਖਤਮ ਹੋਣਾ ਨੁਕਸਾਨ ਹੋਊਗਾ ਪੰਜਾਬ ਦੇ ਲਈ ਉਹ ਕਹਿੰਦੇ ਜੇਕਰ ਪੰਜਾਬ ਨੂੰ ਪੰਜਾਬ ਦੀ ਗੱਲ ਕਰਦੇ ਕੋਈ ਪਾਰਟੀ ਹੈਗੀ ਹੈ ਉਹ ਸ਼ਰੋਣੀ ਅਕਾਲੀ ਦਲ ਹੈ ਉਹ ਮੈਂ ਕਹਿੰਦੇ ਕਿ ਬਾਦਲ ਪਰਿਵਾਰ ਕਾਬਜ ਹੋਵੇ ਜਾਂ ਕੋਈ ਦੂਜੀ ਧਿਰ ਕਾਬਜ ਹੋਵੇ ਖੇਤਰੀ ਪਾਰਟੀ ਦਾ ਜਿਉਂਦੇ ਰਹਿਣਾ ਜ਼ਰੂਰੀ ਹੈ ਤੇ ਇਸੇ ਗੱਲ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਖੇਡ ਰਿਹਾ ਕਿ ਜੇਕਰ ਲੋਕਾਂ ਦੀ ਡਿਮਾਂਡ ਹੈਗੀ ਖੇਤਰੀ ਪਾਰਟੀ ਦੀ ਲੋੜ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਸਾਨੂੰ ਕਿਉਂ ਡਿਨਾਈ ਕੀਤਾ ਜਾ ਰਿਹਾ ਤੁਸੀਂ ਮਤਲਬ ਕਿਵੇਂ ਦੇਖਦੇ ਹੋ ਜੇਕਰ ਖੇਤਰੀ ਪਾਰਟੀ ਉੱਠੂਗੀ ਤਾਂ ਕਿ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਜਲਦੀ ਜਿਹੜੀ ਆਹ ਮੇਨ ਲੀਡਰਸ਼ਿਪ ਹੈਗੀ ਆ ਇਸ ਦੀ ਅਧਿਨਗੀ ਹੋਊ ਟੂਗੀ ਜਾਂ ਪੰਜਾਬ ਦੇ ਲੋਕ ਕਿਸੇ ਹੋਰ ਇਸੇ ਖੇਤਰੀ ਪਾਰਟੀ ਨੂੰ ਲੀਡਰਸ਼ਿਪ ਹੋਰ ਸਬਕਾਰ ਕਰਨਗੇ ਦੇਖੋ ਗੱਲ ਇਹ ਹੈ ਵੀ ਜਿਹੜੇ ਤਾਂ ਇਹ ਕਹਿੰਨਾ ਹੈ ਵੀ ਇਹਨਾਂ ਦੇ ਥੱਲੇ ਇਦਾਂ ਹੀ ਰਹੇ ਉਹ ਤਾਂ ਉਹੀ ਜੀ ਗੱਲ ਆ ਵੀ ਬੰਦਾ ਬਿਲਕੁਲ ਇਸ ਤਰ੍ਹਾਂ ਮਰਨ ਕਰਨ ਵਾਲੇ ਤੇ ਆ ਕਹਿੰਦੇ ਚੱਲ ਮਰਨ ਨਾਲੋਂ ਤਾਂ ਚੰਗਾ ਹੈ ਨਾ ਜਿਉਂਦਾ ਤੇ ਕੰਮ ਤੋਂ ਕੋਈ ਕਰ ਨਹੀਂ ਰਿਹਾ ਅਕਾਲੀ ਦਲ ਨੇ ਸਿੱਖੀ ਨੂੰ ਸਿੱਖੀ ਦੇ ਫਲਸਫੇ ਨੂੰ ਸਿੱਖੀ ਦੇ ਇਤਿਹਾਸ ਨੂੰ ਜਿਹੜਾ ਖਾਸ ਕਰਕੇ ਆ ਪਿਛਲੇ 30 ਸਾਲ ਤੇ ਜੋ ਢਾਹ ਪਚਾਈ ਹੈ ਉਹ ਤਾਂ ਕੋਈ ਹੋਰ ਪਛਾਈ ਨਹੀਂ ਸਕਦਾ ਉਹ ਤਾਂ ਸ਼ਾਇਦ ਦੁਸ਼ਮਣ ਨੇ ਬਣਾ ਏਡੀ ਵੱਡੀ ਢਾਹ ਪਚਾ ਸਕਦੇ ਇੱਕ ਵਾਰ ਤਾਂ ਇਹਨਾਂ ਨੇ ਇਕੱਠੇ ਿੱੱਡੇ ਆਧਾਰਿਆਂ ਦੇ ਉੱਤੇ ਅਟੈਕ ਕਰਿਆ ਸੈਕਿਉਰਿਟੀ ਕਮਿਸ਼ਨ ਦਾ ਨੂੰ ਪੰਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਤਾ ਸੀ ਤੇ ਸ਼ੁਰੂਆਤੀ ਕਮੇਟੀ ਦੇ ਪ੍ਰਧਾਨ ਨੂੰ ਲਾਤਾ ਸੀ ਇਹ ਤਿੰਨੇ ਇਕੱਠੇ ਕਰੇ ਬਾਦਲ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ ਉਹ ਤੇ 98 ਨੰਨੇ ਦੀ ਗੱਲ ਹੈ ਕਿ 203 ਸੋ 20 ਸਾਲ ਪਹਿਲਾਂ 22 ਸਾਲ ਪਹਿਲਾਂ ਇਹ ਨੇ ਕਰਿਆ ਦੂਜਾ ਇਹਨਾਂ ਨੇ ਮੈਂ ਇਤਿਹਾਸਕ ਕਿਤਾਬਾਂ ਦੇ ਕਿਵੇਂ ਸਾਰੀ ਗੁਰਬਾਣੀ ਦਾ ਇਹਨਾਂ ਨੇ ਕਰਿਆ ਆਪ ਕਿਤਾਬਾਂ ਹੀ ਛਾਪੇ ਨੇ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਸਿੱਖੀ ਦੇ ਇਤਿਹਾਸ ਦੇ ਉਲਟ ਨੇ ਕਿਸੇ ਨੇ ਅੱਜ ਮੰਦੇ ਇਰਾਦਿਆਂ ਨਾਲ ਕਿਤਾਬਾਂ ਲਿਖੀਆਂ ਹੋਣੀਆਂ ਤੇ ਉਹਨਾਂ ਨੂੰ ਗਾਹਾਂ ਦੀ ਗਾਹ ਛਾਪਤਾ ਇਹ ਕਹਿ ਕੇ ਨਹੀਂ ਜੀ ਇਹ ਵੱਡੇ ਇਤਿਹਾਸਕਾਰਾਂ ਦਾ ਫਲਾਣਾ ਜਿਹਨੇ ਕੋਈ ਦੇਖਿਆ ਨਹੀਂ ਉਹਦਾ ਅੰਦਾਜ਼ੇ ਲਾਏ ਨੇ ਉਹ ਅੰਦਾਜ਼ਿਆਂ ਦੇ ਨਾਲ ਸਿੱਖੀ ਨੂੰ ਢਾਡਾਉਣ ਦਾ ਇੱਕ ਤਰੀਕਾ ਹੈ ਵੀ ਅੰਦਾਜ਼ੇ ਨਾਲ ਕੋਈ ਵੀ ਇਹ ਮੈਨੂੰ ਆਇਆ ਲੱਗਦਾ ਵੀ ਇਹ ਹੋਣਾ ਨਹੀਂ ਹੈ ਉਦੀ ਮੈਂ ਇੱਕ ਉਦਾਹਰਨ ਦੇ ਸਕਦਾ ਇੱਕ ਬੰਦੇ ਨੇ ਮੇਰੇ ਕੋਲ ਕਿਤਾਬ ਪਈ ਸੀ ਭਾਈ ਮਨੀ ਸਿੰਘ ਦੀ ਉਹਨੇ ਪੜ੍ਹੀ ਉਹ ਥੋੜੀ ਜਿਹਾ ਬੰਦ ਮੈਂ ਕਹਿੰਦਾ ਡਾਕਟਰ ਸਿਕੰਦਰ ਬਾਕੀ ਤਾਂ ਗੱਲਾਂ ਠੀਕ ਨੇ ਪਰ ਕਹਿੰਦਾ ਕੋਈ ਬੰਦ ਬੰਦ ਨਹੀਂ ਕਰਾ ਸਕਦਾ ਮੈਂ ਨੂੰ ਕਿਹਾ ਮੈਂ ਜਿਹੜਾ ਬੰਦਾ ਕੀੜੀ ਲੜੇ ਤੋਂ ਹਾਏ ਮਾਂ ਕਹਿੰਦਾ ਉਹਨੂੰ ਕੀ ਪਤਾ ਕੋਈ ਸ਼ੇਰਾਂ ਦਾ ਸ਼ਕਾਰ ਵੀ ਕਰਦਾ ਹੋਊ ਜਿਹੜਾ ਲੋਕਾਂ ਦਾ ਚੋਰੀ ਖਾ ਕੇ ਕਰਕੇ ਖਾਂਦਾ ਉਹਦੋਂ ਪੁਰਾਣਾ ਜ਼ਮਾਨਾ 68 69 ਦੀ ਗੱਲ ਹੈ ਮੈਂ ਉਹਨੂੰ ਕੀ ਪਤਾ ਕੋਈ ਲੱਖਾਂ ਰੁਪਏ ਦਾਣ ਵੀ ਕਰਦਾ ਹੋਊਗਾ ਫ੍ਰੈਸ ਕਰਕੇ ਜਿਹੜੇ ਬੰਦੇ ਨੇ ਕੋਈ ਦੇਖਿਆ ਕਿ ਅਸਕਰ ਇਧ ਨਹੀਂ ਲਿਖਦੇ ਨੇ ਆਪ ਦੀ ਹਾਜੀ ਨਹੀਂ ਇਹ ਮੇਰਾ ਵਿਚਾਰ ਹੈ ਜੀ ਕਹਿੰਦੇ ਆਸੀਂ ਇਤਿਹਾਸ ਦੀਆਂ ਕਿਤਾਬਾਂ ਦੇਖਿਆ ਉਹ ਕਿਹਾ ਜਾਵੇ ਕਹਿੰਦਾ ਜੀ ਹੁਣ ਅਸੀਂ ਇਤਿਹਾਸ ਤਰੰਦੇ ਨਾਤੇ ਇਤਿਹਾਸ ਉਹ ਰਖਣਾ ਮੈਂ ਕਿ ਤੁਹਾਨੂੰ ਕੌਣ ਕਹਿੰਦਾ ਵੀ ਤੁਹਾਨੂੰ ਦੇ ਨਾਮ ਤੇ ਲਿਖੋ ਪਰ ਤੁਹਾਨੂੰ ਇਹ ਕਿੱਥੋਂ ਆਵੇਗਾ ਇਤਿਹਾਸ ਦੇ ਨਾਮ ਤੇ ਤੁਸੀਂ ਕਹਿਰ ਕਾਫਰੀ ਕਰੀ ਜਾਓ ਤੁਸੀਂ ਗੁਰਬਾਣੀ ਨੂੰ ਗਲਤ ਲਿਖੀ ਜਾਓ ਜਿਹੜੇ ਬੰਦੇ ਗੁਰਬਾਣੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਕੇ ਰਾਗਾਂ ਦੇ ਨਾਮ ਤੋਂ ਕਾਂ ਦੇ ਟੁਕਾਂ ਜਾਂ ਬਾਣੀਆਂ ਦੇ ਨਾਮ ਠੀਕ ਨਹੀਂ ਲਿਖ ਸਕਦੇ ਉਹ ਅਰਬੀ ਫ਼ਰਸੀ ਦੇ ਸਰੋਤ ਕਿੱਥ ਸੋ ਇਹ ਜਿਹੜਾ ਕਹਿਣਾ ਆ ਵੀ ਦੇਖੋ ਜੀ ਖੇਤਰੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਖੇਤਰੀ ਪਾਰਟੀ ਮਮਤਾ ਬੇਨਰਜੀ ਦੀ ਆ ਐ ਨਹੀਂ ਤਾਂ ਕਹਿੰਦਾ ਵੀ ਉਹ ਕੁਝ ਵੀ ਨਹੀਂ ਕਰੀਆਂ ਪਰ ਜੇ ਅਸੀਂ ਆਖੇ ਖੇਤਰੀ ਪਾਰਟੀਆਂ ਬਦਲ ਦੀ ਭੂਮਿਕਾ ਨਹੀਂ ਨਿਭਾਉਣੀਆਂ ਆ ਅਕਾਲੀ ਦਲ ਬਿਲਕੁਲ ਨਹੀਂ ਨਿਭਾ ਰਹਿਆ ਅਕਾਲੀ ਦਲ ਤੇ ਸਤੋ 9 ਮਾਸ ਤੋਂ ਹੁਣ ਫਿਰ ਬੀਜਪੀ ਨੂੰ ਨਾਰਾ ਨੂੰ ਫਿਰਦਾ ਸੋ ਅਕਾਲੀ ਦਲ ਨੇ ਤਾਂ ਸਿੱਖੀ ਦੀਆਂ ਜਿਹੜੀਆਂ ਸੰਸਾਧਾਂ ਸੀ ਜਿਹੜਾ ਬਾਕੀ ਕਾਹਨ ਕਰਿਆ ਕਰਿਆ ਔਰ ਸਿੱਖੀ ਦੀ ਪਰੰਪਰਾ ਕੀ ਆ ਗੁਰੂ ਨਾਨਕ ਸਾਹਿਬ ਨੇ ਆਪਣੇ ਦੋਨੋਂ ਬੱਚਿਆਂ ਨੂੰ ਕਦੀ ਨਹੀਂ ਦਿੱਤੀ ਸੀ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਨੇ ਆਪਣੇ ਬੱਚਾ ਨੂੰ ਗੱਦੀ ਨਹੀਂ ਦਿੱਤੀ ਸੀ ਜਿਵੇਂ ਆਪਾਂ ਦੇਖੀਏ ਜਦ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤੋਂ ਉਹਨੇ ਦੱਤੂਣਾ ਕੇ ਲੱਤ ਮਾਰੀ ਸੀ ਕਿ ਇਦਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ ਤਾਂ ਪ੍ਰਕਿਰਤੀਆ ਉਲਟਾ ਹੋ ਗਿਆ ਸੀ ਫਿਰ ਇਸੇ ਤਰ੍ਹਾਂ ਹੀ ਰਾਮ ਰਾਏ ਨੂੰ ਗੱਦੀ ਨਹੀਂ ਮਿਲੀ ਤਾਂ ਉਹਨੇ ਆਪਣਾ ਇੱਕ ਨਵਾਂ ਪੰਥ ਚਲਾਇਆ ਸੋ ਇਸ ਕਰਕੇ ਆ ਭਾਈ ਗੱਲਾਂ ਤੋਂ ਜ਼ਿਆਦਾ ਗੁਰੂ ਚੇਤਿਵਾਨ ਨੂੰ ਗੱਦੀ ਮਿਲ ਉਹ ਤੋਂ ਬਾਈ ਮੰਝੀਆਂ ਨਹੀਂ ਹੋਈਆਂ ਸੀ ਹਰੇਕ ਹੀ ਕਹਿੰਦਾ ਸੀ ਮੈਂ ਗੁਰੂਆਂ ਸੋ ਇਹ ਜਿਹੜਾ ਆਪਾਂ ਇਹ ਸਮਝ ਨਹੀਂ ਇੰਨਾ ਨੇ ਆਪਦਾ ਫੈਸਲਾ ਕਰ ਲਵੇ ਸੀ ਪਰਿਵਾਰ ਚ ਹੀ ਰੱਖਣਾ ਔਰ ਪਰਿਵਾਰ ਨੇ ਕਹਾ ਉਹਨਾਂ ਨੇ ਤਾਂ ਚਲੋ ਫਿਰ ਵੀ ਪਰਿਵਾਰ ਚ ਰਹੇ ਵੀ ਜੇ ਕਿਤੇ ਤਾਂ ਉਹਨਾਂ ਨੇ ਢਾਹ ਨਹੀਂ ਲਾਈ ਇਹਨੂੰ ਤਾਂ ਢਾਹ ਲਈ ਹੈ ਸਾਰੇ ਉਸ ਨੂੰ ਇਹਨੂੰ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਇਹ ਠੀਕ ਹੈ ਕਿ ਜੇ ਪੰਜਾਬ ਦੇ ਹੱਕਾਂ ਵਾਸਤੇ ਕੋਈ ਲੜੂ ਤਾਂ ਖੇਤਰੀ ਪਾਰਟੀ ਲੜੂ ਔਰ ਉਹ ਖੇਤਰੀ ਪਾਰਟੀ ਦੀ ਸਿੱਖਾਂ ਦੀ ਹੋਊਗੀ ਜੇ ਸਿੱਖਾਂ ਨੂੰ ਕਿਤੇ ਜਿਵੇਂ ਹੁਣ ਕਈ ਪਹਿਲੇ ਜੇ ਵਰਤਾਰੇ ਚੱਲ ਰਹੇ ਨੇ ਜਿਉਂ ਨੌਜਵਾਨ ਨੂੰ ਇਸ ਤਰ੍ਹਾਂ ਕਰਕੇ ਵੀ ਆਏ ਫਲਾਣੇ ਦਾ ਸਿਰ ਲਾ ਦੋ ਫਲਾਣੇ ਦਾ ਇਹ ਕਰ ਦੋ ਹੈ ਧਰਮਾ ਲੋਕਾਂ ਦੇ ਵਿੱਚ ਆਪਸ ਵਿੱਚ ਘਿਰਨਾ ਪੈਦਾ ਕਰੀ ਜੋ ਧਾਰਮਿਕ ਜਿਹੜੇ ਕਿੰਨ ਨੇ ਵੱਖ-ਵੱਖ ਧਰਮਾਂ ਦੇ ਉਹਨਾਂ ਦੇ ਪ੍ਰਤੀ ਘਿਰਨਾ ਪੈਦਾ ਕਰੀ ਜੋ ਜਾਂ ਉਹਨਾਂ ਤੇ ਆਪਸ਼ਬਦ ਬੋਲੇ ਜਾਣਗੇ ਜਾਂ ਫਿਰ ਜਿਹੜਾ ਵਿਰੋਧ ਕਰਦਾ ਹੈ ਉਹਦੇ ਬਾਰੇ ਆਪਸ਼ਬਦ ਜਾਉਣ ਨੂੰ ਧਮਕੀਆਂ ਦਿੱਤੀਆਂ ਜਾਣਗੀਆਂ ਤਾਂ ਉਹ ਤਾਂ ਸਿੱਖੀ ਹੈ ਨਹੀਂ ਨਾ ਇਹ ਕੋਈ ਖੇਤਰੀ ਪਾਰਟੀ ਹੈ ਪਰ ਜਿਹੜੇ ਕਹਿੰਦੇ ਨੇ ਵੀ ਚਲੋ ਜੀ ਜਿਹੀ ਜੀ ਹੈ ਜਿਹੀ ਜੀ ਤਾਂ ਫਿਰ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਨੂੰ ਖੇਤਰੀ ਪਾਰਟੀ ਜਿਹੜੀ ਅਕਾਲੀ ਦਲ ਹੈ ਉਹਨੂੰ ਵੀ ਚੈਲੰਜ ਤਾਂ ਹੈਗਾ ਪਰ ਇਹ ਨਾ ਨਹੀਂ ਨਾ ਮਾੜਾ ਕਰਤਾ ਵੀ ਹੁਣ ਉਹ ਚੈਲੰਜ ਕਿਸੇ ਹੋਲ ਤੋਂ ਬਗੈਰ ਜਿਹੜੇ ਜਿਹੜੇ ਵਿਰੋਧ ਵੀ ਕਰ ਰਹੇ ਨੇ ਜਿਵੇਂ ਪਹਿਲਾਂ ਇਹਨਾਂ ਦਾ ਰਾਸ਼ਟਰਪਤੀ ਜੀ ਦੀ ਚੋਣ ਦੇ ਵਿੱਚ ਵਿਰੋਧ ਕਰਿਆ ਉਸਨੇ ਆਪਣਾ ਆਈਲੀ ਨੇ ਮੰਨ ਉਹ ਆਈਲੀ ਨੇ ਵਿਰੋਧ ਤਾਂ ਕਰਿਆ ਪਰ ਉਹਨੇ ਕੋਈ ਉਤਲਿੰਝ ਜਾਂਚ ਕਰੀ ਹੋਈ ਉਹਨੇ ਚਲਾਇਆ ਤਾਂ ਨਹੀਂ ਹੋਇਆ ਕੋਲ ਕੋਲ ਕੋਈ ਜਿੰਨਾ ਚਿਰ ਕੋਈ ਕੋਲ ਨਹੀਂ ਚੱਲਦਾ ਠੀਕ ਹੈ ਉਹ ਵਿਰੋਧ ਵੀ ਆਪਣੇ ਆਪ ਚ ਇੱਕ ਪੋਜ਼ਿਟਿਵ ਗੱਲ ਹੈ ਹਾਂ ਪੱਕੀ ਹੈ ਇੰਨੇ ਵੀ ਬੀਬੀ ਜਗੀ ਕਰਦਾ ਬਰਕੇ ਵੀਜਗੀ ਕੋਰਦਾ ਤਾਂ ਫਿਰ ਵੀ ਆਪਦਾ ਜਗਾੜ ਹੈਗਾ ਫਿੱਟ ਕਿਉਂਕਿ ਡੇਲੇ ਦੀ ਹੋ ਰਹੀ ਹੈ ਤੇ ਉਹਦੇ ਵਿੱਚ ਬੀਬੀ ਜੀ ਕੋਰ ਨੇ ਵੀ ਕੋਈ ਕੋਰ ਨਹੀਂ ਚੜਾਇਆ ਹੋਇਆ ਜਿੰਨਾ ਚਿਰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਕੋਈ ਕੋਰ ਨਹੀਂ ਚਲਾਉਂਦੀ ਉਹਨਾਂ ਚ ਵੀ ਖੇਤਰੀ ਪਾਰਟੀ ਹੋਵੇ ਜੀ ਖੇਤਰੀ ਪਾਰਟੀ ਖੇਤਰੀ ਪਾਰਟੀ ਚੱਕ ਕੇ ਇਹਨਾਂ ਨੇ ਪ੍ਰੈਜ਼ੀਡੈਂਟ ਵੀ ਰਾਸ਼ਪਤੀ ਜੀ ਵੀ ਤੇ ਉਪ ਰਾਸ਼ਟਰਪਤੀ ਜੀ ਵੀ ਵੋਟਾਂ ਇਹਨਾਂ ਨੇ ਪਾਈ ਆ ਉਹਨਾਂ ਨੂੰ ਬੀਜੇਪੀ ਨੂੰ ਇਹ ਹਰੇਕ ਗੱਲ ਦੇ ਉੱਤੇ ਬੀਜੇਪੀ ਦੇ ਨਾਲ ਖੜੇ ਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ਦੇ ਉੱਤੇ ਇਹ ਬੀਜੇਪੀ ਦੇ ਨਾਲ ਖੜੇ ਰਹੇ ਨੇ ਡੈਮਾਂ ਦਾ ਜਿਹੜਾ ਬਿਲ ਪਾਸ ਹੋਇਆ 2019 ਚ ਵੀ ਕੇਂਦਰ ਕੰਟਰੋਲ ਕਰ ਗੋ ਇਹ ਇਹਨਾਂ ਦੇ ਹੁੰਦੇ ਹੋਇਆ ਇਹਨਾਂ ਦੇ ਅਕਾਦੀ ਦਲ ਦੇ ਆ ਬਿਬਾ ਹਰਸ਼ਿੰਦਰ ਚਕੌਰਵਾਦਰ ਤਾਂ ਉੱਥੇ ਮੰਤਰੀ ਸੀਗੇ ਉਸ ਤੋਂ ਬਾਅਦ ਜਿਹੜਾ ਟ੍ਰਿਬਿਨਲ ਦਾ ਬਿਲ ਪਾਸ ਹੋਣ ਲੱਗਾ ਸੀ ਰੋਕ ਸਵਾਚਾ ਪਾਸ ਹੋ ਗਿਆ ਸੀ ਉਹ ਤਾਂ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਕਿ ਸਾਡੇ ਉਲਟ ਪੈ ਜਾਊਗਾ ਸੋ ਇਸ ਕਰਕੇ ਆਪਾਂ ਇਹਨੂੰ ਆਏ ਨਾ ਸਮਝੀਏ ਇਹ ਵੀ ਇੰਨਾ ਹੀ ਹੈ ਕਿ ਵੀ ਨਹੀਂ ਨਹੀਂ ਇਹ ਫਿਰ ਜਿਹੜਾ ਹਾ ਪੰਜਾਬੀ ਦੇ ਉੱਤੇ ਹਮਲੇ ਹੋਏ ਨੇ ਬੀ ਹਿੰਦੀ ਕਰੋ ਹਿੰਦੀ ਕਰੋ ਉਹਦਾ ਪੰਜਾਬ ਜਿਹੜੇ ਪੰਜਾਬ ਦੇ ਹੱਕ ਨਹੀਂ ਤੁਸੀਂ ਦੱਸੋ ਪਿਛਲੇ ਕਿਹੜੇ ਸਾਲਾਂ ਚ ਇਹ ਅਕਾਲੀ ਪਾਰਟੀ ਤਾਂ ਹੈਗੀ ਵੀ ਸੀ ਤਾਕਤ ਚ ਵੀ ਸੀ ਸੈਂਟਰ ਚ ਵੀ ਨਾ ਤਾਕਤ ਸੀ ਪੰਜਾਬ ਦੇ ਜਿਹੜੇ ਹੱਕ ਸੀ 11 66 ਐਕਟ ਦੇ ਮੁਤਾਬਕ ਵੀ ਨਹੀਂ ਮਿਲੇ ਤੇ ਜਿਹੜੇ ਉਹਦੇ ਵਿੱਚ ਵਿਚਵਚਾਰ ਕਰ ਰਹੇ ਸੀ ਉਹਦਾ ਜਮ ਨਹੀਂ ਨਿ ਮਿਲੇ 11 66 ਨੂੰ ਵੀ ਤੋੜ ਕੇ ਬਾਣੀਆਂ ਦੀ ਬੰਦ ਕਰੀ ਜਾ ਰਹੀ ਹੈ ਆਪ ਹੁਣੀ ਮੈਂ ਉਹ ਕਿਤਾਬ ਦੇ ਉਹ ਕਰ ਰਿਹਾ ਸੀ ਟ੍ਰਾਂਸਲੇਸ਼ਨ ਕਰੈਕਟ ਉਹ ਬੜਾ ਕਲੀਅਰ ਹੈ ਵੀ ਕਾਹ ਕਿ ਕਿਹਾ ਕਿਵੇਂ ਕਿਹਾ ਕਿਵੇਂ ਹੋਇਆ ਇਹਨਾਂ ਤਾਂ ਉਹਦਾ ਵੀ ਵਿਰੋਧ ਨਹੀਂ ਕਰ ਸਕੇ ਉਸ ਤਰੀਕੇ ਨਾਲ ਸੋਇਸ ਕਰਕੇ ਆਪਦੀਆਂ ਸਿਆਸੀ ਰੋਟੀਆਂ ਸਿੱਕਣ ਵਾਸਤੇ ਪੰਜਾਬ ਦੀ ਗੱਲ ਕਰਦੇ ਨੇ ਆਪਦੇ ਵਜ੍ਹਾ ਤਾਂ ਕਰਦੇ ਨਹੀਂ ਇਹਨਾਂ ਨੇ ਇਹਨਾਂ ਨੇ ਤਾਂ ਜਿਹੜੀਆਂ ਸਿੱਖੀ ਦੀਆਂ ਸੰਸਥਾਵਾਂ ਸੀ ਉਹਨਾਂ ਦਾ ਵੀ ਇਸ ਕਿਸਮ ਦਾ ਉਹ ਕਰਤਾ ਜਿਹੜਾ ਇੱਥੇ ਸੁਲਤਾਨਪੁਰ ਲੋਧੀ ਬਣਾਇਆ ਉਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲ ਦਾ ਉਹਦੇ ਵਿੱਚ ਇਹਨਾਂ ਨੇ ਕਿਹੜੀ ਇਹੀ ਜੀ ਤੀਰ ਮਾਰਤਾ ਜਿਹਦੇ ਨਾਂ ਆਏ ਲੱਗੇ ਵੀ ਵਾਕਈ ਸਿੱਖ ਯੂਥ ਨੂੰ ਹੋਰ ਅਸੀਂ ਕਰਾਂਗੇ ਆ ਜਿਹੜੀ ਸਿੱਖ ਯੂਥ ਹੁਣ ਕਦੇ ਇੱਧਰ ਕਦੇ ਉੱਧਰ ਭੱਜੀ ਹੈ ਉਹ ਇਸੇ ਕਰਕੇ ਭੱਜੀ ਉਹ ਬੇਚੈਨ ਹੈ ਉਹਨੂੰ ਇਹਨਾਂ ਨੇ ਤਾਂ ਸਿੱਖਿਆ ਦਿੱਤੀ ਹੋਈ ਨਹੀਂ ਇਹਨਾਂ ਨੇ ਤਾਂ ਬਲਕਿ ਉਹ ਤਾਂ ਸਿੱਖਿਆ ਖੋਲੀ ਇਹਨਾਂ ਨੇ ਤਾਂ ਹੁਣ ਕਹਿੰਦੇ ਨੇ ਵੀ ਜੀ ਇਹ ਇਸਾਈ ਬਣੀ ਜਾਂਦੇ ਨੇ ਇਸਾਈ ਤਾਂ ਦੰਦ ਬੰਨ੍ਹ ਰਹੇ ਨੇ ਤੇ ਦਲਤਾਂ ਨੂੰ ਜੇ ਤੁਸੀਂ ਗੁਰਦੁਆਰਿਆਂ 'ਚ ਹੀ ਨਹੀਂ ਵੜਨ ਦਿੰਦੇ ਤੇ ਉਹਨਾਂ ਨੇ ਸਾਈਓ ਬਣਨਾ ਉਹਨਾਂ ਨੂੰ ਤੁਸੀਂ ਕਿੰਨਾ ਹੀ ਉਦਾਂ ਕਰੀ ਜਾਂਦੇ ਹੋ ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਜੇ ਕੋਈ ਇਹ ਕਹੇ ਵੀ ਖੇਤੀਬਾੜੀ ਦੇ ਤੌਰ ਤੇ ਇਹ ਤਾਂ ਆਰੰਗਬਾੜੀ ਦੇ ਤੌਰ ਤੇ ਵੀ ਜਿਹੜਾ ਆਪਦੇ ਧਰਮ ਦੀ ਗੱਲ ਨਹੀਂ ਕਰ ਸਕਿਆ ਉਹਨੇ ਖੇਤਰੀ ਪੰਜਾਬ ਦੀ ਗੱਲ ਕੀ ਕਰ ਸਕਣੀ ਹੈ ਇਹਨਾਂ ਦਾ ਆਪਦੇ ਵਪਾਰ ਦੀ ਹੈ ਜੇ ਇਹਨਾਂ ਦਾ ਵਪਾਰ ਪੂਰਾ ਹੋ ਗਿਆ ਤੱਕਰੀ ਜਾਣਗੇ ਤੇ ਇਹਨਾਂ ਨੇ ਪਾਟੀ ਚਮਚੇ ਪੈਦਾ ਕਰਦੇ ਅੱਗੇ ਕੋਈ ਜ਼ਮਾਨਾ ਸੀ ਇਹਨਾਂ ਕੋਲ ਬੜੇ ਤਕੜੇ ਤਕੜੇ ਲੀਡਰ ਸੀਗੇ ਉਹਨਾਂ ਚ 100 ਨੂੰ 100 ਹੋ ਸਕਦੇ ਨੇ ਜਸਵਿੰਦਰ ਸਿੰਘ ਬਰਾੜ ਹੁੰਦੇ ਸੀ ਸੁਖਜਿੰਦਰ ਸਿੰਘ ਹੁੰਦੇ ਸੀ ਬਾਬੂ ਆਤਮਾਰਾਮ ਹੁੰਦੇ ਸੀ ਕਿ ਆਪਣੇ ਇਹ ਜਗਦੇਵ ਸਿੰਘ ਤਲਵੰਡੀ ਸੀਗੇ ਸੰਤਖਚਨ ਸਿੰਘ ਲੋਂਗੋਵਾਲ ਸੀਗੇ ਤੇ ਗੁਰਚਨ ਸਿੰਘ ਟੌੜਾ ਸੀਗੇ ਕਿ ਇਹ ਤਖੜੇ ਲੀਡਰ ਇਹਨਾਂ ਕੌਣ ਸੀਗੇ ਇਹਨਾਂ ਦੇ ਡੀਟੋ ਫਾਈਨੈਂਸ ਮਿਨਿਸਟਰ ਹੁੰਦੇ ਸੀ ਬਗਵੀਰ ਸਿੰਘ ਕੇ ਉਹ ਇਹ ਇਹਨਾਂ ਦੇ ਕੋਲ ਤਖੜੇ ਲੀਡਰ ਸੀਗੇ ਇਹਨਾਂ ਨੇ ਉਹ ਸਾਰੇ ਲੀਡਰਾਂ ਨੂੰ ਹੌਲੀ 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 ਉਹੋ ਜਿਹਾ ਕਰਿਆ ਜਿਹੜੇ ਹੁਣ ਜਾਂ ਤਾਂ ਰਹੇ ਨਹੀਂ ਜਾਂ ਫਿਰ ਉਹਨਾਂ ਦੇ ਗਾਹਾਂ ਦੀ ਗਾਹਾਂ ਉਹ ਲੀਡਰਸ਼ਿਪ ਐ ਖਤਮ ਕਰ ਦੇ ਗਏ ਜਦੋਂ ਉਹ ਲੀਡਰਸ਼ਿਪ ਨੂੰ ਤੁਸੀਂ ਇਸ ਤਰੀਕੇ ਨਾਲ ਖਤਮ ਕਰੋਗੇ ਤੇ ਫਿਰ ਹਾਂ ਤਾਂ ਹੀ ਲੋਗ ਹੋਣਾ ਪ੍ਰੇਮਚੰਦੂ माजी ਰੋਣੀ ਪ੍ਰੇਮਚੰਦੂ माजी ਤੇ ਹੋਰ ਕਿੰਨੇ ਲੋਗ ਟੌੜਾ ਸਾਰਿਆਂ ਨਾਲ ਗਏ ਸੀਗੇ ਉਹ ਇਹਨਾਂ ਨੇ ਇਸ ਧੀਕੇ ਨਾਲ ਗੇਮ ਖੇਢੀ ਗਏ ਜਿਹੜੇ ਹੁਣ ਉਹ ਵੀ ਵਸ ਉਸੇ ਡਬਲਤੀ ਆਗੇ ਵੀ ਉਹਨਾਂ ਦਾ ਅਗਲੇ-ਅਗਲੇ ਬੱਚੇ-ਬੱਚੇ ਹੋ ਜਾਣ ਗਾਂਹਾਂ ਦੀ ਗਾਂਹਾਂ ਵਿੱਚ ਆਸਤੇ ਚ ਸੱਟ ਉਸ ਧੀਕੇ ਨਾਲ ਨਹੀਂ ਲੜਾਈ ਕਰ ਰਹੇ ਯਾਨੀ ਕਿ ਉਹ ਤਖਲੇ ਲੀਡਰ ਰਹੇ ਨੇ ਸਿਆਣੇ ਵੀ ਨੇ ਹਿੰਮਤ ਵੀ ਆ ਉਹਨਾਂ 'ਚ ਪਰ ਉਹ ਨਹੀਂ ਪਤਾ ਨਹੀਂ ਮਤਲਬ ਜਿਸ ਧੀਕੇ ਨਾਲ ਸੋ ਇਹਨਾਂ ਨੇ ਆਪਦੇ ਪਰਿਵਾਰ ਦੇ ਆਦੇ ਨਾਲੇ ਹਰ ਇੱਕ ਜਿ ਨੂੰ ਕਮਾਤਾ ਜਾਦੂ ਤੁਸੀਂ ਪਰਿਵਾਰ ਇਹ ਕਾਲੀ ਢਾਲ ਕਹਿਣਾ ਇਹਨੂੰ ਇਹਨੂੰ ਕਾਲੀ ਢਾਲ ਕਹਿਣਾ ਕਾਲੀ ਤਾਂ ਕਿੱਥੇ ਹੀ ਤਾਂ ਪਰਿਵਾਰ ਹੈ ਉਹ ਦੂਜਾ ਜਨ ਵੀ ਕਹਿੰਦਾ ਮੈਨੂੰ ਕਿਸੇ ਅੱਜ ਤੋਂ 10 ਸਾਲ ਪਹਿਲਾਂ ਕਿਸੇ ਨੇ ਕਿਹਾ ਕਹਿੰਦਾ ਜੀ ਹੁਣ ਤਾਂ ਇਹਨਾਂ ਨੇ ਇਹ ਸੋਚ ਲਿਆ ਸਾਰਿਆਂ ਨੇ ਵੀ ਬਾਦਲ ਸਾਹਿਬ ਦੇ ਥੱਲੇ ਅਸੀਂ ਲੀਡਰ ਸੀਗੇ ਬਾਦਲ ਸਾਹਿਬ ਉੱਤੇ ਸਾਡੇ ਲੀਡਰ ਸੀਗੇ ਹੁਣ ਬਾਦਲ ਸਾਹਿਬ ਦਾ ਕਾਕਾ ਜੀ ਜਿਹੜੇ ਨੇ ਉਹ ਸਾਡੇ ਕਾਕਿਆਂ ਦੇ ਲੀਡਰ ਬਣ ਕੇ ਰਹਿਣ ਇਹ ਤਾਂ ਪਿਓਰਲੀ ਪਰਿਵਾਰ ਹੈ ਅਜੇ ਤਾਂ ਪਰਵਾਹ ਦੇ ਅੰਦਰ ਮਨਪਰੀਚਵਾਦਨ ਦੀ ਲੜਾਈ ਹੋਈ ਸੀ ਕੋ ਕਾਂਗਰਸ ਚਾਰ ਵਾਲਿਆ ਸੀ ਆਪਾਂ ਨੂੰ ਪਤਾ ਹੀ ਆ ਜੋ ਕੁਝ ਹੋ ਰਿਹਾ ਤੇ ਜਿਹੜਾ ਹੈਗਾ ਆਪਣਾ ਇਹ ਆਦੇਸ਼ਪ੍ਰਤਾਪ ਉਹ ਦਿਨ ਨਾਲ ਵੀ ਕੋਈ ਬਹੁਤੀ ਬੰਦ ਹੀ ਨਹੀਂ ਇਹਨਾਂ ਦੀ ਘਰ ਚ ਤਾਂ ਲੜਾਈ ਹੈਗੀ ਹੋਈ ਆ ਘਰ ਦੀ ਲੜਾਈ ਨਾ ਅਜੇ ਤੱਕ ਨਾ ਦੀ ਲੜਾਈ ਕੀ ਆ ਦੇ ਵਪਾਰ ਔਰ ਘਰ ਦੀ ਲੜਾਈ ਫਸੇ ਹੋਏ ਨੇ ਕਾਦੀ ਤਰ੍ਹਾਂ ਤਾਂ ਕੁਝ ਨਹੀਂ ਕਰ ਰਹੇ ਅਕਾਲੀ ਦਲ ਨੂੰ ਜੇ ਨਾ ਸੁਣਨੀ ਕਮੇਟੀ ਦਾ ਜਿਲ੍ਹਾ ਕਿਨਾਰਾ ਪਰਚਾ ਤੁਸੀਂ ਕਹਿੰਦੇ ਹੋ ਇਹ ਤਾਂ ਸਭ ਨੂੰ ਪਤਾ ਵੀ ਦੁਖਾਵਾ ਕਰਦੇ ਸੀ ਇਹ ਚ ਕੋ ਦੋ ਰਾਇ ਥੋੜਾ ਹੈ ਇਹਦੇ ਵਿੱਚ ਤਾਂ ਕੋਈ ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਇੰਨਾ ਮਾੜਾ ਪਿੱਛੇ ਸਮੇਂ ਤੋਂ ਕਰ ਦਿੱਤਾ ਗਿਆ ਹੈ ਜਿਹਦੇ ਨਾਲ ਐ ਲੱਗਦਾ ਵੀ ਇਹ ਠੀਕ ਆ ਇੱਕ ਉਹੀ ਬ੍ਰਾਹਮਣਵਾਦ ਇੰਨਾ ਬ੍ਰਾਹਮਣਵਾਦ ਸਿੱਖ ਧਰਮ ਦੇ ਵਿੱਚ ਫਲਾਇਆ ਹੈ ਜਿਹੜੇ ਖੇਤਰੀ ਪਾਰਟੀ ਦੇ ਸਮਰਥਕ ਕਹਿੰਦੇ ਨੇ ਉਹਨਾਂ ਪੁੱਛੋ ਸਿੱਖ ਧਰਮ ਦੇ ਵਿੱਚ ਕਿੰਨਾ ਬ੍ਰਾਹਮਣਵਾਦ ਕਿੰਨਾ ਆਇਆ ਸ਼੍ਰੋਮਣੀ ਕਹਿੰਦੇ ਹੁੰਦੇ ਮਰਿਆਦਾ ਤੱਕ ਨਹੀਂ ਇਹਨਾਂ ਨੇ ਉਸ ਦੀ ਕਿੰਨਾ ਚੜਾਈ ਉਹ ਨਹੀਂ ਜੀ ਉਹ ਐ ਹੁੰਦਾ ਜੀ ਉਹ ਐ ਹੁੰਦਾ ਜੀ ਕਹਾਣੀਆਂ ਪਾਉਂ ਜਾਂਦੇ ਨੇ ਤੁਸੀਂ ਦੂਜੇ ਨੂੰ ਨਾ ਕੁਝ ਕਹੋ ਤੁਸੀਂ ਸੰਤ ਸਮਾਜ ਨੂੰ ਕੁਝ ਨਾ ਕਹੋ ਪਰ ਤੁਸੀਂ ਜਿਹੜੇ ਜਿਹੜੀ ਸ਼ਰਮਣੀ ਕਹਿੰਦੇ ਉਹ ਤਾਂ ਮਰਿਆਦਾ ਤੈਅ ਕਰਵਾਵੇ ਨਾ ਉਹ ਤਾਂ ਉਸ ਤਿੱਕੇ ਨਾਲ ਜਾ ਬ੍ਰਾਹਮਣਾਂ ਵਾਚ ਪੈਂਦੀ ਆ। ਅ ਸਾਡਾ ਇਹ ਤਜਰਬਾ ਹੈ ਮੈਂ ਨਿੱਗੀ ਕਹਿਣਾ ਅਸੀਂ ਗਏ ਆ ਉੱਥੇ ਇਹ ਆ ਬਾਈ ਅਕਤੂਬਰ ਨੂੰ ਬਾਈਕ ਟੂ ਬਰੂਨ ਸੋਬੀਨ ਨੂੰ ਚੇਡੂਡ ਕਾਸਟਾਂ ਦਾ ਉੱਥੇ ਪ੍ਰਸ਼ਾਦ ਚੜਾਇਆ ਗਿਆ ਸੀ ਕਿਉਂਕਿ ਅੱਗੇ ਉਹਨਾਂ ਨੂੰ ਐ ਸਮਾਂ ਬੰਦੇ ਹੋਇਆ ਸੀ ਹੋਰ ਸੀ ਕਈ ਸ਼ਰਤਾਂ ਸੀ। ਤੇ ਉਹ ਬਾਈਕ ਟੂ ਬਰੂਨ ਸੋਬੀਨ ਨੂੰ ਅਸੀਂ ਬਣਾਉਣ ਗਏ ਸੋ ਸਾਲਾਂ। ਕਿ ਉਹ ਨਹੀਂ ਸੀ ਉਹ ਨਹੀਂ ਸੋਰੀ ਤੇ ਉਹ ਇਹਨਾਂ ਨੇ ਮਤਲਬ ਤੁਸੀਂ ਮੰਨੋਗੇ ਵੀ ਉੱਤੇ ਅਰਦਾਸ਼ ਸਿੰਘ ਕਹਿੰਦਾ ਜੇ ਜਾਨ ਜੂਂਦੀ ਅੰਨ ਕਾ ਨਹੀਂ ਕਰੀ ਗਏ ਬਹੁਤ ਜ਼ਿਆਦਾ ਉਸ ਨੂੰ ਉਹ ਕਰੀ ਗਏ ਫਿਰ ਉੱਤੇ ਅਰਦਾਸ਼ ਸਿੰਘ ਕਹਿੰਦਾ ਵੀ ਇਹ ਜਾ ਜੇ ਤੁਸੀਂ ਅਰਦਾਸ ਕਰਾਉਣੀ ਸੀ ਉੱਥੇ ਆਪਦੇ ਆਪ ਹੀ ਕਰ ਲੈਣੀ ਸੀ ਮਤਲਬ ਦਰਬਾਰ ਸਾਹਿਬ ਦੇ ਵਿੱਚ ਸ਼ੈਡਿਊਲਡ ਕਾਸਟਾਂ ਦੇ ਵਾਸਤੇ ਪ੍ਰਸ਼ਾਦ ਦੀ ਅਰਦਾਸ ਕਰਾਉਣ ਦੇ ਉੱਤੇ ਅਰਦਾਸ਼ ਸਿੰਘ ਇਹ ਬੋਲਦਾ ਇਹ ਸ਼ਰੋਨੀ ਕੁਮੜ ਦੀ ਪ੍ਰਣਦੀ ਨਿਸ਼ਾਨੀਆਂ ਨਾ ਨਹੀਂ ਤਾਂ ਜਦੋਂ ਉੱਤੋਂ ਉਹਨੂੰ ਕਹਿਤਾ ਹੋਊਗਾ ਅਸੀਂ ਕਿ ਜਾਵੀਓ ਨੋ ਨੀ ਪੈਸਾ ਅਸੀਂ ਜਾਵਾਂ ਇਹ ਕਰਨਾ ਅਸੀਂ ਕੋਈ ਰੁਕੇ ਤਾਂ ਗਏ ਨਹੀਂ ਅਸੀਂ ਕੋਈ ਚੋਰੀ ਨਹੀਂ ਗਏ ਦੱਸ ਕੇ ਗਿਆ ਇਹਨਾਂ ਨੂੰ ਕਹਿ ਕੇ ਗਿਆ ਪਹਿਲਾਂ ਘੰਟਾ ਸਾਨੂੰ ਬਿਠਾਈ ਵੀ ਰੱਖਿਆ ਤੇ ਫਿਰ ਉਹਨੂੰ ਘੱਟੋ ਘੱਟ ਸਨੇਹਤਾ ਦੇਣਦੇ ਵੀ ਭਾਈ ਐ ਨਹੀਂ ਕਰਨਾ ਦੂਜੀ ਗੱਲ ਸਨੇਹ ਹੀ ਨਹੀਂ ਉਹਨੂੰ ਵੈਸੇ ਹੀ ਪਤਾ ਹਣਾ ਚਾਹੀਦਾ ਵੀ ਠੀਕ ਆ ਜੀ ਇਹ ਠੀਕ ਐ ਸੀ ਅਰਦਾਸ ਕਰ ਦਿੰਦੇ ਆ ਜਿਹੜਾ ਅਰਦਾਸ ਕਰਨ ਵੇਲੇ ਤੁਹਾਨੂੰ ਤੁਸੀਂ ਕਿੱਥੋਂ ਤੁਸੀਂ ਸ਼੍ਰੋਮਣੀ ਕਹਿੰਦੇ ਹੋ ਪਹਚਾ ਕਿੱਥੇ ਤੱਕ ਦਿੱਤਾ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ ਉਹਨਾਂ ਨੇ ਤਾਂ ਸਿੱਖੀ ਨੂੰ ਨਹੀਂ ਛੱਡਿਆ ਸੋ ਜੇ ਜਿੰਨਾ ਚਿਰ ਹੁਣ ਸ਼੍ਰੋਮਣੀ ਕਾਲੀਦਾਰ ਕੋਲ ਹਿੰਮਤ ਸੀਗੀ ਇਹ ਚ ਮੈਨੂੰ ਵੀ ਕੋਈ ਕਹਿਣ ਨੂੰ ਚੀਜ਼ ਨਹੀਂ ਇਹਨਾਂ ਨੇ ਵੱਧ ਅਧਿਕਾਰਾਂ ਤੇ ਮੋਰਚਾ ਸ਼ੁਰੂ ਕਿਉਂ ਨਾ ਕਰਾਇਆ ਜਦ ਬੀਬਾ ਹਰਸੇ ਮਿਲਤ ਕੋਰ ਨੇ ਰਿਜਾਈਨ ਕਰਤਾ ਉਦੋਂ ਬਾਅਦ ਵੱਧ ਅਧਿਕਾਰਾਂ ਤੇ ਪੰਜਾਬਦਿਆਂ ਤੇ ਮੋਰਚਾ ਲਾਗੂ ਕਰ ਜੰਦੇ ਚਲਾ ਦਿੰਦੇ ਆ ਪੰਜਾਬੀ ਖੋਹੀ ਗਈ ਇਹਨਾਂ ਨੂੰ ਪੰਜਾਬੀ ਖੋਹਣ ਦੇ ਉੱਤੇ ਮੋਰਚਾ ਕਿਉਂ ਨਹੀਂ ਚਲਾਇਆ ਇਹਨਾਂ ਨੂੰ ਕੀ ਨੇ ਰੋਕਿਆ ਸੀ ਮੋਰਚਾ ਚਲਾਉਣ ਤੋਂ ਪਾਣੀ ਦੇ ਉੱਤੇ ਸੀ ਇਹਨਾਂ ਨੇ ਕੀ ਕੀ ਨਹੀਂ ਰੋਕਿਆ ਸੀ ਇਹਨਾਂ ਨੇ ਪਹਿਲਾਂ ਇੰਨੇ ਬੰਦੇ ਮਲਵਾਤੇ ਆ ਅਨੰਦਪੁਰ ਸਾਹਿਬ ਦਾ ਮੋਰਚਾ ਲਿਆ ਕੇ ਕਿ ਜੀ ਧਰਮ ਯੁੱਧ ਮੋਰਚਾ ਜੀ ਕਦੇ ਇਹ ਨਾ ਰੋਕੂ ਮ ਕਿ ਵੀ ਹੁਣ ਕਿਉਂ ਰਹੇ ਪੇਸੇ 30 ਸਾਲਾਂ ਤੋਂ ਕਿਉਂ ਨਹੀਂ ਮੋਰਚਾ ਲਾਇਆ ਕੋਈ ਆ ਜਿਹੜੇ ਵਿਆਦ ਵੀ ਕਰਨ ਨੇ ਉਹ ਸਾਡੇ ਸਾਹਮਣੇ ਨੇ ਸੋ ਇਸ ਕਰਕੇ ਇਹ ਕਹਿਣਾ ਕਿ ਇਹ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਇਹ ਤਾਂ ਪੰਜਾਬ ਦੇ ਵਿੱਚ ਸਿੱਖੀ ਦੇ ਵਿੱਚ ਨਹੀਂ ਆਪਣੀ ਭੂਮਿਕਾ ਨਿਭਾ ਰਹੇ ਸਿੱਖੀ ਦੇ ਵਿੱਚ ਜਿਹੜਾ ਮਾੜਾ ਮੋਟਾ ਤੁਸੀਂ ਦੱਸੋ ਜਮਹੂਰੀਅਤ ਸਿੱਖੀ ਚਾਹੇ ਇਹ ਹੈ ਵੀ ਜੇ ਕੋਈ ਕੋਈ ਗੱਲ ਨਹੀਂ ਜਿਹੜਾ ਕੋਈ ਆਪਣਾ ਵਿਰੋਧੀ ਵਿਚਾਰ ਰੱਖਦਾ ਹੈ ਉਹਨੂੰ ਬਲਕੇ ਸੁਣਨਾ ਚਾਹੀਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਰੋਜ਼ ਪਾਠ ਹੁੰਦਾ ਹੈ ਪੜੇ ਨਿੰਦੋ ਪੜੇ ਨਿੰਦੋ ਪੜੇ ਨਿੰਦੋ ਮੋਕ ਲੋਗ ਰੇ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਕ ਹਾਇ ਸੋ ਹਮਰਾ ਮੀਚ ਨਿੰਦਕ ਮੇ ਹਾਇ ਹਮਰਾ ਚੀਤ ਜਿਹੜਾ ਤੁਹਾਡੀ ਆਲੋਚਨਾ ਕਰਦਾ ਹੈ ਉਹਨੂੰ ਸੁਣੋ ਉਹਨੂੰ ਸੁਣ ਕੇ ਝਾਂ ਰੱਖੋ ਫਿਰ ਜੇ ਤੁਹਾਡੀ ਕੋਈ ਨੁਕਸਾਨ ਉਹਨੂੰ ਦੂਰ ਕਰੋ ਇਹ ਤਾਂ ਦੂਰ ਕਰਨ ਜਾਂਦੀ ਨਹੀਂ ਇਹ ਨਾਲ ਨਹੀਂ ਸਗ ਬਲਕੇ ਹੁਣ ਸੇਵਾਦਾਰ ਵੀ ਹੰਕਾਰੀ ਉੱਤੇ ਸੇਵਾਦਾਰ ਕਹੇ ਉਹਨਾਂ ਕਹੇ ਵੀ ਤੁਸੀਂ ਤਾਂ ਨੌਕਰੀ ਕਰਦਾ ਕਹਿੰਦਾ ਮੈਂ ਤਾਂ ਸੇਵਾ ਕਰ ਰਿਹਾ ਆਪਣਾ ਪਤਾ ਹੀ ਹੈ ਵੀ ਸ਼ੁਰੂ ਮੇ ਕਮੇਟੀ ਚ ਨੌਕਰੀਆਂ ਕਿਵੇਂ ਮਿਲੀਆਂ ਨੇ ਸੇਵਾ ਬਸ ਮੇਂ ਨਾ ਜਾਉਂਦਾ ਇਹਨਾਂ ਨੇ ਕਿੰਨੇ ਗੁਰਮਤ ਸਕੂਲ ਚਲਾਏ ਨੇ ਕਿੰਨੀ ਉਹਨਾਂ ਨੇ ਉਹਦੇ ਉੱਤੇ ਕਰਿਆ ਇਹ ਦੱਸ ਦੇ ਵੀ ਕਿੰਨੇ ਸਿੱਖ ਤੁਹਾਡੇ ਖਿਆਲ ਚ ਵੀ ਸਿੱਖਣ ਵਾਲਿਆਂ ਸਿੱਖੀ ਤੋਂ ਬੇਮੁਖਾਈ ਹੋ ਜਾਂਦੇ ਆਂ ਆ ਜਿਹੜਾ ਹੁਣ ਅਮਰ ਸਿਕਨ ਦਾ ਫੈਨੋਮੈਨਾ ਚੱਲਿਆ ਹੈ ਕੋਈ ਇਹਨੂੰ ਕਹੂਗਾ ਵੀ ਆਏ ਆ ਜੀ ਫੈਨੋਮੈਨਾ ਮੈਂ ਕਹਿੰਦਾ 100 ਇਹਦੇ ਚ ਹੋ ਸਕਦੇ ਨੇ ਪਰ ਇਹ ਗੱਲ ਹੈ ਜੇ ਨੌਜਵਾਨ ਭੱਜ ਭੱਜ ਕੇ ਅਮਰ ਸਿਕਨ ਜਾ ਰਿਹਾ ਹੈ ਕੋਈ ਤਾਂ ਕਾਰਨ ਹੋਏਗਾ ਨਾ ਕਿਤੇ ਨਾ ਕਿਤੇ ਹਰੇਕ ਨੌਜਵਾਨ ਤਾਂ ਕਿਸੇ ਏਜੰਸੀ ਦੇ ਕਹੇ ਤੋਂ ਨਹੀਂ ਨਾ ਜਾ ਰਿਹਾ ਠੀਕ ਹੈ ਬਹੁਤ ਸਾਰੀਆਂ ਉਹਦੇ ਚ ਇਹੋ ਨੇ ਇਹ ਵੀ ਠੀਕ ਹੈ ਕਿ ਕਾਹਨੂੰ ਜ਼ਿਆਦਾ ਮਾੜੇ ਨਤੀਜੇ ਜਸਟਿਕੇ ਨਾਲ ਸਾਰਾ ਕੁਝ ਹੋ ਰਿਹਾ ਪਰ ਇਹ ਆਮ ਕੁਝ ਨੌਜਵਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਚ ਵੀ ਤਾਂ ਕਹਿੰਦੇ ਸੀ ਕੋਈ ਕਿਸਾਨਾਂ ਦਾ ਅੰਦੋਲਨ ਦੇ ਵਿੱਚ ਲੋਕ ਜਾ ਹੀ ਰਹੇ ਸੀ ਨਾ ਸੋ ਜਦ ਤੁਸੀਂ ਕਿਤੇ ਉੱਥੇ ਵੀ ਇਹਨਾਂ ਨੇ ਤਾਂ ਕੋਈ ਐਸਜੀਪੀਸੀ ਨੇ ਜੋ ਹੋਰ ਨੇ ਇਹਨਾਂ ਨੇ ਉਸ ਤਿੱਕੇ ਨਾਲ ਤਾਂ ਕੋਈ ਕਰਿਆ ਨਹੀਂ ਬਾਕੀ ਉਹ ਚੜਾਉਂਦੇ ਰਹੇ ਨੇ ਤੁਹਾਨੂੰ ਯਾਦ ਤੱਕ ਪਹਿਲੀ ਗੱਲ ਅਕਾਲੀ ਪਾਰਟੀ ਜਿਹੜੀ ਖੇਤਰੀ ਪਾਰਟੀ ਵਜੋਂ ਉੱਭਰੀ ਤਾਂ ਸਕਦੀ ਹੈ ਜੇ ਉਹ ਸਿੱਖੀ ਸਿਧਾਂਤਾਂ ਦੇ ਉੱਤੇ ਪੱਕੀ ਰਹੇ ਜਿੱਦ ਇਹ ਉਹਨੇ ਸਿੱਖੀ ਸਿਧਾਂਤ ਛੱਡਦੇ ਉਹਦਾ ਖੇਤਰੀ ਪੱਧਰ ਉਮਰ ਕੰਨ ਭਾਈ ਨਹੀਂ ਸਕਦੀ ਕਿਉਂ ਡੋ ਡੋ ਕਿਉਂਕਿ 1 ਮਿੰਟ ਇਹ ਕੱਲੀ ਧਾਰਮਿਕ ਪਾਰਟੀ ਨਹੀਂ ਹੈ ਇਹ ਜਿਹੜੀ ਸਿੱਖੀ ਹੈ ਇਹਦੇ ਵਿੱਚ ਤੁਹਾਡਾ ਸਮਾਜਿਕ ਜੀਵਨ ਤੁਹਾਡਾ ਰੋਹਾਨੀ ਜੀਵਨ ਤੁਹਾਡਾ ਧਾਰਮਿਕ ਜੀਵਨ ਤੁਹਾਡਾ ਰਾਜਨੀਤਿਕ ਜੀਵਨ ਤੁਹਾਡਾ ਆਰਥਿਕ ਜੀਵਨ ਇਹ ਸਾਰੇ ਨਾਲ ਸਿੱਖੀ ਜੁੜੀ ਹੋਈ ਹੈ ਗੁਰ ਕੋਇਤਰ ਨੂੰ ਨਾ ਸਾਰੇ ਕਾਸੇ ਨੂੰ ਜੋੜਦਾ ਕਲਾ ਵਿੱਚ ਨੰਦਾ ਸੋ ਇਹ ਸਾਰਾ ਕੁਝ ਜੇ ਤੁਸੀਂ ਸਿੱਖ ਸੰਨਤਾਂ ਦੇ ਹਸਾਬ ਨਾਲ ਕਰ ਰਹੇ ਹੋ ਤਾਂ ਸਿੱਖੀ ਨੂੰ ਬਚਾਉਣ ਦੇ ਬਰਾਬਰ ਹੈ ਜੇ ਤੁਸੀਂ ਸਿੱਖੀ ਬਚਾ ਰਹੇ ਹੋ ਤਾਂ ਤੁਸੀਂ ਪੰਜਾਬੀ ਬਚਾ ਲੋਗੇ ਤੁਸੀਂ ਸਿੱਖੀ ਨਹੀਂ ਬਚਾ ਸਕੇ ਜਿਹਦੇ ਜਿਹਦੇ ਵਾਸਤੇ ਤੁਹਾਡੇ ਕੋਲ ਇੱਕ ਇਤਿਹਾਸ ਪਿਆ ਹੈ ਤੁਸੀਂ ਪੰਜਾਬ ਨੂੰ ਕਿੱਥੋਂ ਬਚਾ ਲੈਣਾ ਅਕਾਲੀ ਮੋਰਚਿਆਂ ਦਾ ਐਡਾ ਵੱਡਾ ਇਤਿਹਾਸ ਹੈ ਅਕਾਲੀਆਂ ਨੇ ਉਹ ਮੋਰਚਿਆਂ ਦਾ ਇਤਿਹਾਸ ਕਿੱਧਰ ਗਿਆ ਇਹਨਾਂ ਦਸਮਾਹੰਮਤਾਂ ਨੂੰ ਗੁਰਦੁਆਰੇ ਫੜਾਈ ਜਾ ਰਹੇ ਨੇ ਕਿਸ ਹਿਸਾਬ ਨਾਲ ਇਨੋਂ ਦੇ ਪਿੰਡਾਂ ਦੇ ਵਿੱਚ ਜਿੱਦਾਂ ਦੀ ਇਹ ਹੁਣ ਆ ਪਿਛਲੇ 30 ਸਾਲਾਂ ਚ ਪਿੰਡਾਂ ਦੇ ਵਿੱਚ ਜਾਤਪਾਤ ਦੇ ਨਾਂ ਤੇ ਮੈਕਸਿਮ ਗੁਰਦੁਆਰੇ ਬਣੇ ਨੇ ਕਿਉਂ ਬਣ ਗਏ ਸ਼ਮਸ਼ਾਨ ਘਾਟ ਵੀ ਵੱਖਰੇ ਹੋਣ ਲੱਗੇ ਇਹਦਾ ਮਤਲਬ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖੀ ਚ ਅਸੀਂ ਤਾਂ ਬਚਪਨ ਚ ਕਦੇ ਨਹੀਂ ਸੁਣਿਆ ਸੀ ਦੇ ਪਿੰਡ ਦੇ ਗੁਰਦੁਆਰੇ ਚ ਕਿਸੇ ਅਸੀਂ ਤਾਂ ਆਪ ਦੇਖਦੇ ਹਾਂ ਵੀ ਸਾਡੇ ਰਬਦਾਸੀਆਂ ਦੀ ਧਰਮਸ਼ਾਲਾ ਜਾ ਕੇ ਅਖੰਡ ਪਾਠ ਗੁਰਦੁਆਰੇ ਵਾਲੇ ਕਰਕੇ ਆਉਂਦੇ ਸੀ ਤੇ ਕਦੇ ਕੋਈ ਐ ਨਹੀਂ ਵਿਤਕਰਾ ਨਹੀਂ ਦੇਖਿਆ ਸੀ ਉੱਥੇ ਉਹ ਬਾਤیں ਜ਼ਰੂਰ ਵੱਖਰੇ ਰੱਖੇ ਜੀ ਉਹ ਅਸੀਂ ਐਵੇਂ ਹੀ ਸਕੂਲ ਹੀ ਪੜਦੇ ਮੁੰਡਿਆਂ ਨੂੰ ਇਕੱਠੇ ਕਰਦੇ ਕਿਸੇ ਨੇ ਸਾਨੂੰ ਰੋਕਿਆ ਨਹੀਂ ਇਹ ਤਾਂ ਨਵਾਂ ਹੀ ਇਹਨਾਂ ਨੇ ਹੁਣ ਆਇਕ ਨਵਾਂ ਹੀ ਤੌਧਰੀਕਾ ਬਣਾਤਾ ਉਸ ਨਵੇਂ ਤੌਧਰੀਕੇ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੋ ਇਹ ਆਪਾਂ ਇਹ ਪ੍ਰੀਖਿਆ ਰੱਖੀ ਏ ਵੀ ਇਹ ਪਾਤੀ ਹਾਂ ਇਹਨਾਂ ਕੋ ਹੈਗਾ ਸੀ ਇਹਨਾਂ ਕੋ ਸਮਰੱਥਾ ਹੈ ਇਹਨਾਂ ਕੋ ਕੈਡਰ ਵੀ ਹੈਗਾ ਪਰ ਇਹ ਕੈਡਰ ਨੂੰ ਕਿਵੇਂ ਐਸੋ ਆਈ ਫੁਰਾਣਾ ਇਹ ਕੈਡਰ ਨੂੰ ਵਰਤਦੇ ਆਪਦੇ ਕੰਮਾਂ ਵਾਸਤੇ ਨਿੱਜੀ ਕੰਮਾਂ ਵਾਸਤੇ ਇਹ ਕੈਡਰ ਨੂੰ ਵਰਤਦੇ ਨੇ ਲਾਲਚ ਦੇ ਕੇ ਇਹ ਕੈਡਰ ਨੂੰ ਵਰਤਦੇ ਨੇ ਆਪਦੇ ਵਪਾਰ ਨੂੰ ਵਧਾਉਣ ਵਾਸਤੇ ਇਹ ਪੰਜਾਬ ਦੀ ਤਰੱਕੀ ਵਾਸਤੇ ਜਾਂ ਸਿੱਖੀ ਦੇ ਵਾਸਤੇ ਜਾਂ ਸਿੱਖੀ ਨੂੰ ਅਸੂਨ ਦੇ ਪੈਦਾ ਦੇਣ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਨੂੰ ਜਿਹੜਾ ਸਾਰੇ ਜਿੰਨੇ ਵੀ ਇਹਨਾਂ ਕੋਲ ਸਰੋਤ ਨੇ ਚਾਹੇ ਮੈਨਪਾਵਰ ਹੈ ਬੰਦੇ ਨੇ ਚਾਹੇ ਪੈਸੇ ਨੇ ਚਾਹੇ ਤਾਕਤ ਹੈ ਜਿਹੜੇ ਵੀ ਸਰੋਤ ਨੇ ਇਹਨਾਂ ਕੋਲੇ ਉਹ ਇਹ ਸਿੱਖੀ ਦੇ ਪ੍ਰਫੁੱਲਤਾ ਵਾਸਤੇ ਜਾਂ ਪੰਜਾਬ ਵਾਸਤੇ ਨਹੀਂ ਵਰਤ ਰਹੇ ਇਹ ਆਪਦੇ ਪਰਿਵਾਰ ਵਪਾਰ ਤੇ ਦਰਬਾਰ ਨੂੰ ਵਧਾਉਣ ਵਾਸਤੇ ਵਰਤ ਰਹੇ ਨੇ ਇਸ ਕਰਕੇ ਖੇਤਰੀ ਪਾਰਟੀ ਹੋਣਾ ਜਾਂ ਨਾ ਹੋਣਾ ਮੈਨੂੰ ਕੋਈ ਬਹੁਤ ਵੱਡਾ ਫਰਕ ਨਹੀਂ ਲੱਗਦਾ ਵੀ ਇਹੇ ਕੁਛ ਕਰਨਗੇ ਪਰ ਇਹਦੇ باوجود ਖੇਤਰੀ ਪਾਰਟੀ ਦਾ ਗਿੰਦੇ ਦਾ ਨਾ ਝੰਡਾ ਹੁੰਦਾ ਪਰ ਇਸ ਤਰੀਕੇ ਨਾਲ ਜਿਹੜਾ ਬੰਦਾ ਮੰجهه ਤੇ ਪਿਆ ਹੈ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਨਵੀਂ ਖੇਤਰੀ ਪਾਰਟੀ ਉਭਰੇਗੀ ਜੇ ਕਾਦੀਦਲ ਨੇ ਕਰਨਾ ਹੈ ਤਾਂ ਇਹ ਐਜੀਟੇਸ਼ਨਾਂ ਇਹ ਮੋਰਚੇ ਕੋਈ ਨਾ ਕੋਈ ਆਪਦੇ ਦਾਵੇ ਆਪਦੇ ਕੈਂਟਰ ਨੂੰ ਸਟੇਟ ਕਾਨਫਰੰਸਾਂ ਡਿਸਟ੍ਰਿਕਟ ਕਾਨਫਰੰਸਾਂ ਥੱਲੇ ਸਰਕਲ ਜਥੇਦਾਰ ਅੱਗੇ ਹਮੇਸ਼ਾ ਹੁੰਦੇ ਸੀ ਸਰਕਲ ਜਥੇਦਾਰ ਨੇ ਹੋਰ ਨੇ ਕਾਨਫਰੰਸਾਂ ਹੁੰਦੀਆਂ ਸੀ ਔਰ ਬੜੇ ਸਿਆਣੇ ਹੁੰਦੇ ਸੀ ਬੰਦੇ ਉਹ ਪਾਵੇਂ ਕਿ ਦੇਖਣ ਨੂੰ ਬਹੁਤੇ ਪਲੇ ਵੀ ਨਹੀਂ ਹੁੰਦੇ ਸੀ ਪਰ ਉਹ ਗੱਲ ਸਾਰਖ ਦੀ ਕਰਦੇ ਸੀ ਸਪਸ਼ਟ ਗੱਲ ਕਰਦੇ ਸੀ ਇਹਨਾਂ ਤਾਂ ਇਹਨਾਂ ਤਾਂ ਤਹਾਲ ਹੋ ਗਿਆ ਜਿੰਨ ਮਨ ਹੋਰ মুখ ਹੋਰ ਸੇ ਕੰਢੇ ਕੱਟਿਆ ਇਹਨੂੰ ਤਾਂ ਗਾਲੀ ਹੋਰ ਕਰ ਲਈਆ ਸੋ ਜੇ ਤੁਸੀਂ ਮੈਨੂੰ ਤਾਂ ਲੱਗਦਾ ਵੀ ਸਿੱਖੀ ਚ ਬ੍ਰਾਹਮਣਵਾਦ ਬੜੇ ਹੀ ਇਹਨਾਂ ਨੇ ਆ ਇਹ ਸਭ ਤੋਂ ਜ਼ਿਆਦਾ ਬ੍ਰਾਹਮਣਵਾਦ ਵਾੜਿਆ ਇਹਨਾਂ ਨੇ ਤੇ ਇਹ ਕੰਪਰੋਮਾਈਜ਼ ਵੀ ਹੁਣ ਜਿਹੜਾ ਦੇਰਾਂ ਸਿਰ ਤੇ ਨਾਲ ਇਹ ਨਹੀਂ ਐ ਜਿਹੜਾ ਸਿਰ ਨਾਲ ਲੜਾਈ ਵੀ ਕਰਦੇ ਨੇ ਪਰ ਜਿਹੜਾ ਕੁਝ ਉਹਨਾਂ ਦਾ ਤੌਰ ਤਰੀਕਾ ਹੈ ਉਹਨੂੰ ਇਹ ਵੋਟਾਂ ਲੈਣ ਦੇ ਵਾਸਤੇ ਹਰ ਚੀਜ਼ ਨੂੰ ਆਪਦੇ ਨਾਲ ਜਾਂ ਤਾਂ ਫਿਰ ਤੁਸੀਂ ਲੜਾਈ ਨਾ ਕਰਾਓ ਤੁਸੀਂ ਕਿਉਂ ਪਹਿਲਾਂ ਇਹ ਕਰਿਆ ਕਿ ਜੀ ਨੇ ਉਹ ਬਣਾ પાਕੇ ਕਿਉਂ ਅੰਮ੍ਰਿਤ ਉਹ ਆਪਦਾ ਕੁੰਡ ਦੇ ਵਿੱਚ ਇਹਨੇ ਉਹ ਜੋ ਵੀ ਆਪਦੀ ਜਿਹਨੂੰ ਕਹਿੰਦਾ ਪੜਾਂਦਾ ਹੈ ਉਹ ਕਿਉਂ ਪੁਲਾਇਆ ਜੇ ਤੁਸੀਂ ਉਹ ਲਿਆ ਫਿਰ ਤੁਸੀਂ ਉਹਨੂੰ ਛੱਡਦੇ ਕਿਉਂ ਜੇ ਛੱਡਿਆ ਫਿਰ ਬਾਹਰ ਦੁਆਰਾ ਕਿਉਂ ਇਹਦਾ ਮਤਲਬ ਸਾਰਾ ਕੁਝ ਇਹਦਾ ਸਿਰਫ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਰਿਆ ਜਾ ਰਿਹਾ ਹੈ ਜਿਹੜੇ ਧਾਰਮਿਕ ਮਾਮਲੇ ਨੇ ਉਹਨੂੰ ਧਰਮ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਜਿਹੜੇ ਸਿਆਸੀ ਮਾਮਲੇ ਨੇ ਉਹਨਾਂ ਨੂੰ ਸਿਆਸਤ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਕਰਨਾ ਚਾਹੀਦਾ ਨਾ ਤਾਂ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਜਿਹਾ ਕਿ ਦੋ ਸੰਵਿਧਾਨਾਂ ਦੀ ਨਾ ਤਾਂ ਸੰਵਿਧਾਨ ਦੇ ਮੁਤਾਬਕੇ ਕੰਮ ਕਰ ਰਹੇ ਨੇ ਨਾ ਉੱਥੇ ਜਮਹੂਰੀਤ ਕਰ ਰਹੇ ਨੇ ਨਾ ਸ਼ੁਰੂਮਣੀ ਕਮੇਟੀ ਦੇ ਵਿੱਚ ਇਹ ਧਰਮ ਦੇ ਅਨਸਾਰ ਕੰਮ ਕਰ ਰਹੇ ਨੇ ਫਿਰ ਆਪਾਂ ਕਿੱਥੋਂ ਆਸ ਕਰਾਂਗੇ ਜੀ ਬਿਲਕੁਲ ਡਾਕਟਰ ਜਾਂਦਾ ਜਾਂਦਾ ਇੱਕ ਹੋਰ ਗੱਲ ਆਖਰ ਜਿਹੜੀ ਸਿੱਖ ਸਿਆਸਤ ਹੈਗੀ ਹੈ ਇਹ ਚਿਹਰਿਆਂ ਤੱਕ ਸੇਮਤ ਕਿਉਂ ਹੋ ਗਈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਬੀਬੀ ਜ਼ਕੀਰ ਕੌਰਤਮਾ ਮੋਰ ਨਾਮ ਹੈਗੇ ਨੇ ਜਦੋਂ ਸਿੱਖ ਸਿਧਾਂਤ ਫਲਸਫਾ ਸਿੱਖ ਕੌਮ ਕੋਲੇ ਹੈਗਾ ਤਾਂ ਸਿੱਖ ਕੌਮ ਦੀ ਜਿਹੜੀ ਸਿਆਸਤ ਹੈ ਇਹ ਚੰਦ ਕਚਿਹਰਿਆਂ ਤੱਕ ਸਿਮਟ ਕਿਉਂ ਗਈ ਜੇਕਰ ਵਿਚਾਰ ਦੀ ਸਿਆਸਤ ਸੀ ਤਾਂ ਚਿਹਰੇ ਕ੍ਰਾਸ ਕਰਕੇ ਫਿਰ ਅੱਗੇ ਚੰਦਨ ਕਿਉਂ ਨਹੀਂ ਹੋ ਪਾਇਆ ਇਸ ਸਿਧਾਂਤ ਦਾ ਕਿਉਂਕਿ ਜਿਹੜਾ ਆਪਾਂ ਕਹਿੰਦੇ ਆ ਨਾ ਵਿਚਾਰ ਦੇ ਉੱਤੇ ਇਹਨਾਂ ਨੇ ਕੁੰਡਲ ਲਾਤਾ ਇਹ ਅੱਗੇ ਆ ਗਏ ਮਾੜੇ ਨਹੀਂ ਸੀਗੇ ਸ਼ੁਰੂ ਚ ਸ਼ੁਰੂ ਚ ਸਾਰੇ ਮਾੜੇ ਨਹੀਂ ਸੀਗੇ ਹੌਲੀ 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 ਇਹ ਪਰਿਵਾਰ ਦੇ ਆਪਦੇ ਬਣ ਗਏ ਨਵੇਂ ਬੰਦਿਆਂ ਨੂੰ ਆਉਣ ਨਹੀਂ ਦਿੱਤਾ ਜਾਂ ਨਵੇਂ ਬੰਦੇ ਆਏ ਨਹੀਂ ਤੁਸੀਂ ਦੇਖੋ ਪਹਿਲਾਂ ਤਾਂ ਨਕਸ ਰਾਈਟ ਮੂਵਮੈਂਟ ਜਿਹਨੇ ਵਿਰੋਧ ਮਾਰਦੇ ਉਹ ਤਾਂ ਬਾਦਲ ਸਾਹਿਬ ਨੇ ਆਪ ਹੀ ਮੁਕਾਬਲੇ ਉਹ ਤਾਂ ਮੁੱਖ ਮੰਤਰੀ ਸੀਗੇ ਬਾਦਲ ਸਾਹਿਬ ਇਹਨਾਂ ਨੇ ਝੂਠੇ ਮੁਕਾਬਲੇ ਮਾਰ ਉਹ ਆਪਣੇ ਆਪ ਕੀ ਝੂਠੇ ਮੁਕਾਬਲੇ ਆਪਣੇ ਆਪ ਸਿੱਧਾ ਸਟੇਟ ਦੇ ਨਾਲ ਖੜੇ ਹੋਣਾ ਸੀ ਇਹ ਠੀਕ ਹੈ ਕੋਈ ਬੰਦਾ ਤੁਹਾਡਾ ਘਰ ਦਾ ਬੱਚਾ ਵੀ ਗੁੰਮਰਾ ਹੋ ਜਾਏ ਮੰਨੋ ਆਪਾਂ ਮੰਨ ਲਓ ਵੀ ਜ਼ਰੂਰੀ ਨਹੀਂ ਵੀ ਉਹ ਘਬਰਾ ਹੋਇਆ ਹੋਵੇ ਜਦੋਂ ਤੁਸੀਂ ਕਹਿੰਦੇ ਹੋ ਗੁੰਮਰਾ ਹੋਇਆ ਪਰ ਉਹਨੂੰ ਇਹ ਛੋਟਾ ਵੀ ਉਹਨੂੰ ਮਾਰ ਦੇਣਾ ਹੁੰਦਾ ਇਹਨਾਂ ਨੇ ਉਹ ਨਕਸ ਵਾਈਟ ਕਹਿ ਕੇ ਬਾਰੇ ਫਿਰ 84 ਦੇ ਵੇਲੇ ਆਪਾਂ ਨੂੰ ਪਤਾ ਹੀ ਹੈ ਕਿਸੇ ਨੂੰ ਹਿੰਦੂ ਕਹਿ ਕੇ ਕਿਸੇ ਨੂੰ ਪੁਲਿਸ ਇਨਫਾਰਮਰ ਕਹਿ ਕੇ ਕਿਸੇ ਨੂੰ ਪੁਲਸੀਆ ਕਹਿ ਕੇ ਕਿਸੇ ਨੂੰ ਅੱਤਵਾਦੀ ਕਹਿ ਕੇ ਉਦੋਂ ਕਾਹਨ ਕਰਿਆ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਦੇ ਆਪ ਦੇ ਡੀਜੀਪੀ ਨੇ ਜਿਹੜਾ ਇਹਨਾਂ ਨੇ ਲਾਇਆ ਹੋਇਆ ਸੀ ਕਿ ਉਹਨਾਂ ਨੇ ਇਹ ਆ ਜਿਹੜੇ ਗੰਦੇ ਗੀਤ ਤੇ ਹੋਰ ਗਨ ਕਲਚਰ ਇਹਨਾਂ ਨੇ ਲੈਂਦਾ ਹੁਣ ਬਹੁਤ ਸਾਰੇ ਬੰਦੇ ਜਿਹੜੇ ਚੋਣਾਂ ਦੇ ਵਿੱਚ ਬਹੁਤ ਸਾਰੇ ਗੈਂਗਸਟਰ ਜਿਹੜੇ ਬੰਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਇਹ ਪੋਲਿਟਿਕਲ ਪਾਰਟੀਆਂ ਨਾਲ ਹੁੰਦੀ ਹੈ ਉਹਨਾਂ ਜੋ ਉਕਾਦੀਦਲ ਵੀ ਕੋਈ ਹੋਣੀ ਹੈਗਾ ਉਹ ਵੀ ਉਹਨਾਂ ਦੇ ਨਾਲ ਹੀ ਆਕਾਦੀਦਲ ਦਾ ਇੱਕ ਦਿਨ ਇੱਥੇ ਮੈਂ 27 ਸੈਕਟਰ ਚ ਕਿੱਥੋਂ ਦੀ ਜਾ ਰਿਹਾ ਸੀ ਤੇ ਉੱਥੇ ਦੇਖਿਆ ਕੋਈ ਜਲੂਸ ਜਲਾਸ ਕਰ ਰਹੇ ਸੀ ਮੈਂ ਹੈਰਾਨ ਰਹਿ ਗਿਆ ਉੱਥੇ ਦੇਖ ਕੇ ਵੀ ਉਹ ਐਸਓਆਰ ਕੀ ਪਤਾ ਨਹੀਂ ਮੈਨੂੰ ਯਾਦ ਨਹੀਂ ਆ ਕਿਹੜੀ ਆਰਗੇਨਾਈਜੇਸ਼ਨ ਵੱਲੋਂ ਕੱਢਿਆ ਜਾ ਰਿਹਾ ਸੀ ਤੇ ਉਹਦੇ ਵਿੱਚ ਕੋਈ ਵੀ ਜਿਹੜਾ ਸੀ ਓਕੇ ਸਤਾਰੀ ਮੈਨੂੰ ਦੇਖਿਆ ਨਹੀਂ ਕਿ ਪੈਸਾਰੇ ਕਿ ਸਾਰੇ ਜਦੋਂ ਪੱਗ ਨਹੀਂ ਬੰਨੀਆਂ ਹੋਈਆਂ ਸੀ ਜੇ ਇਹਨੂੰ ਸਿੱਖੀ ਕਹਨੇ ਹੋ ਦੇਖੋ ਸਿੱਖੀ ਆਈ ਨਹੀਂ ਆ ਮੈਂ ਕਹਿੰਦਾ ਵੀ ਸਿੱਖੀ ਜ਼ਰੂਰ ਕਿਸੇ ਸਤਾਰੀ ਹੀ ਸਿੱਖੀ ਆ ਜਦੋਂ ਪੱਗ ਬੰਨ੍ਹਾਈ ਪਰ ਸਾਰੀ ਜਿਹੜੇ ਮੋਨੇ ਲੋਕ ਹੋਣਗੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਇਹੀ ਇਹ ਸਿੱਖੀ ਆ ਤਾਂ ਮੈਨੂੰ ਸ਼ੱਕ ਪੈਂਦੀ ਆ ਮੈਂ ਇਹਨੂੰ ਨਹੀਂ ਮੰਨ ਸਕਦਾ ਸਿੱਖੀ ਤਾਂ ਸਿੱਖੀ ਆ ਸਿੱਖੀ 'ਚ ਜਿਹੜੀ ਇੱਕ ਰਹਿਤ ਮਰਿਆਦਾ ਉਹ ਵੀ ਕਿਸੇ ਜਰੂਰੀ ਨਹੀਂ ਵੀ ਸਾਰਾ ਨੇ ਅਮਰ ਸਕੇ ਹੋਵੇ ਪਰ ਜੇ ਵੈਸੇ ਤਾਂ ਅਮਰਸਵਾਲ ਨੂੰ ਜਾਣਾ ਚਾਹੀਦਾ ਕਿਉਂਕਿ ਉਹਦੇ ਨਾਲ ਤੁਹਾਨੂੰ ਜੀਵਨ ਜਾਂਚ ਹੋਰ ਤਾਂ ਜਾਏਗੀ ਪਰ ਸਿੱਖੀ ਆਏ ਤਾਂ ਹੈ ਨਹੀਂ ਵੀ ਤੁਸੀਂ ਸੌਰੀ ਆਂਦਾ ਫਿਰ ਤੁਸੀਂ ਸਿੱਖਤਾ ਪੀਣ ਵਾਲੇ ਨੂੰ ਵੀ ਕਹਦੇ ਹੋ ਕਿ ਚਲ ਫਿਰ ਕੀ ਹੋ ਗਿਆ ਐ ਨਹੀਂ ਆ ਸਿੱਖੀ ਦਾ ਆਪਦਾ ਇੱਕ ਸੂਲ ਹੈ ਜੇ ਸਿੱਖੀ ਦੇ ਸੂਲ ਤੇ ਨਹੀਂ ਹੈਗੇ ਤੁਸੀਂ ਸਿੱਖਾਂ ਦੀ ਪਾਰਟੀਆਂ ਥੋੜੇ ਫਰੜਾਉਂਦੇ ਜਿਹੜੇ ਨੂੰ ਸਿੱਖੀ ਦੇ ਸੂਲ ਕੀ ਨਹੀਂ ਹੈਗੇ ਇਹ ਜ ਐਨੇ ਤਾਂ ਮੈਂ ਕਦੇ ਮਾਲਵੇ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡੇ ਹੁਣ ਤਾਂ ਅੱਜਕੱਲ ਕੀ ਕਰਦੇ ਨੇ ਸਾਡੇ ਵੇਲੇ ਜਿਹੜਾ ਬੰਦਾ ਦਾੜੀ ਲੰਬੀ ਰੱਖ ਲੈਂਦਾ ਜਵਾਨੀ ਪਹਿਰੇ ਚ ਉਹਨੂੰ ਸਿੱਖ ਕਹਿਣ ਲੱਗ ਗਏ ਸੀ ਲੋਗ ਲੱਗ ਜਾਂਦੇ ਬਾਕੀ ਦਾੜੀ ਕੱਟਦੇ ਸੀ ਪਰ ਉਹ ਪੱਗ ਵੀ ਬੰਨਦੇ ਸੀ ਉਹ ਗੁਰਦੁਆਰੇ ਵੀ ਜਾਂਦੇ ਸੀ ਉਹ ਕੋਈ ਬਦਮਾਸ਼ੀ ਵੀ ਨਹੀਂ ਕਰਦੇ ਸੀ ਉਹ ਆਮ ਸਿੱਖ ਸੀਗੇ ਜਿਹੜੇ ਕੇ ਸਿੱਖੀ ਦੇ ਹਿਸਾਬ ਨਾਲ ਮਤਲਬ ਦਾ ਸਾਰੇ ਰੌੜਵਾਲ ਕਰਦੇ ਸੀਗੇ ਇਹ ਠੀਕ ਹੈ ਉਹਨਾਂ ਨੇ ਅਮਰਤ ਨਹੀਂ ਛਕਿਆ ਹੋਇਆ ਸੀ ਕਈਆਂ ਨੇ ਦਾੜੀ ਵੀ ਕੱਟੀ ਹੋਈ ਸੀ ਪਰ ਪੱਗ ਤਾਂ ਬੰਦੀ ਸੀਗੇ ਮੈਂ ਨਹੀਂ ਪਗ ਬਿਨਾ ਬਗ ਬਣੇ ਹੋਏ ਦੇਖਦਾ ਸੀ ਸੋ ਇਸ ਕਰਕੇ ਕੁਝ ਨਾ ਕੁਛ ਤਾਂ ਤੁਹਾਨੂੰ ਜਿਹੜਾ ਤੁਹਾਡਾ ਆਪ ਦਾ ਸਿਧਾਂਤ ਹੈ ਜੇ ਤੁਸੀਂ ਉਹ ਸਿਧਾਂਤ ਤੇ ਪਰਿੰਦੇ ਰਹੇ ਜਿੰਨੇ ਤੁਹਾਡੇ ਫਾਲੋਅਰ ਨੇ ਤੁਹਾਡੇ ਜਿਹੜੇ ਜਿੰਨੇ ਵੀ ਤੁਹਾਡੇ ਨਾਲ ਦੇ ਚੰਨ ਨਾਲ ਨੇ ਉਹਨਾਂ ਤੋਂ ਬਹੁ ਗਿਣਤੀ ਹੈ ਜਿਹੜੀ ਦੂਜੇ ਪਾਸੇ ਖੜੀ ਹੈ ਫਿਰ ਤੁਸੀਂ ਕਿਵੇਂ ਫਿਰ ਇਹ ਐ ਨਹੀਂ ਹੋ ਗਿਆ ਨਾ ਵੀ ਜਿਹੜਾ ਮਰਜੀ ਆ ਕੇ ਸਿੱਖ ਨੂੰ ਆਈ ਫੜਦੇ ਫਿਰ ਵੀ ਨਾ ਪਰ ਰਹੇ ਤੁਹਾਡੇ ਆਦਰ ਰੱਖਣੀਆਂ ਫਿਰ ਤਾਂ ਤੁਸੀਂ ਜਿੱਥੇ ਮਰਜੀ ਜੋ ਮਰਜੀ ਕਰਨਾ ਸ਼ੁਰੂ ਕਰ ਦਿਓ ਸੋ ਮੈਨੂੰ ਨਹੀਂ ਲੱਗਦਾ ਬੀ ਸਕੀਮ ਦੇ ਵਿੱਚ ਟਾ ਜਿਹੜੀ ਤੁਸ ਤੁਹਾਡਾ ਸਵਾਲ ਸੀ ਉਹ ਹੈ ਵੀ ਟਾ ਇਹਨਾਂ ਨੇ ਲਾਈ ਹੈ ਗਿਣੂ ਵਿੱਚ ਲਾਈ ਹੈ ਤਾਂ ਕਿ ਜਵਾਨੀ ਚੁਗੀ ਜਾਵੇ ਹੁਣ ਫਿਰ ਇਹਨਾਂ ਦੀ ਸਕੀਮ ਹੈ ਆ ਜਿਹੜਾ ਕੋਈ ਚੱਲ ਰਿਹਾ ਅੱਜ ਸ਼ਰੋਣੀ ਕਾਰਦੀ ਦਲ ਸਮਰਥਨ ਕਰ ਰਿਹਾ ਹੈ ਸ਼ਰੋਣੀ ਕਮੇਟੀ ਸਮਰਥਨ ਕਰ ਰਹੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਸਮਰਥਨ ਕਰ ਰਹੇ ਨੇ ਕਿਉਂਕਿ ਹੁਣ ਫਿਰ ਜੇ ਇੱਕ ਵਾਰੀ ਵਿਹਲਾੰਗਾ ਹੋ ਗਿਆ ਯੂਥ ਦਾ ਕੋ ਯੂਥ ਇਹਨਾਂ ਨੂੰ ਅੱਖਾਂ ਚੱਕ ਦਿਖਾਉਂਦੀ ਹੈ ਜੇ ਯੂਥ ਦਾ ਇੱਕ ਵਾਰੀ ਵਿਹਲਾੰਗਾ ਹੋ ਗਿਆ ਫਿਰ ਇਹਨਾਂ ਦੀ ਅਗਲੀ ਕੀ ਜੀਪੀ ਜੀ ਰਾਜ ਕਰਨਾ ਕਿ ਜੀ ਦੋ ਪੀੜੀਆਂ ਦਾ ਰਾਜ ਕਰ ਹੀ ਦੇ ਹੋਨਤੀ ਜੀ ਬਿੜੀਆ 우ਮਾਨ ਸਾਹਿਬ ਦੀ ਵੀ ਤੀਜੀ ਪੀੜੀ ਆਉਣੀ ਆ। ਉਹ ਇਹਨਾਂ ਦੀ ਵੀ ਤੀਜੀ ਪੀੜੀ ਆਉਣੀ ਆ ਬਾਦਲਾ ਸਾਹਬਾਨ ਦੀ ਵੀ। ਉਹ ਪ੍ਰੇਮ ਸਿੰਘ ਚੰਦੂਆ ਜੀ ਹੋਣਾਂ ਦੀ ਵੀ ਤੀਜੀ ਪੀੜੀ ਆਉਣੀ ਆ। ਦੋ ਪੀੜੀਆਂ ਤਾਂ ਇਹਨਾਂ ਦੀ ਰਾਜ ਕਰ ਹੀ ਰਹੇ ਨੇ ਨਾ ਜਿਵੇਂ ਚੰਦੂਆ ਜੀ ਆਪ ਵੀ ਨੇ ਉਹਨਾਂ ਦੇ ਬੇਟਾ ਵੀ ਆ। ਤੇ ਸਿਮਰਨਜੀਤ ਸਿੰਘ ਮਾਨ ਆਪ ਵੀ ਨੇ ਉਹਨਾਂ ਦਾ ਬੇਟਾ ਹੈ ਮਾਨ ਮਾਨ ਵੀ ਉਹ ਸੇ ਪੂਰਾ ਲੀਡਰ ਹੈ ਉਹਨਾਂ ਦਾ ਤੇ ਸਭ ਕੁਝ ਹੈ। ਝੋ ਭੜੇ ਹੋਏ ਵੀ ਨੇ ਉਹ ਆਪਣਾ ਉਹਨਾਂ ਦਾ ਕੰਮ ਵੀ ਵਧੀਆ ਚੱਲਦਾ ਸਭ ਕੁਝ। ਇਹ ਤਾਂ ਲੋਕਾਂ ਨੂੰ ਮਤਲਬ ਕਹਿਣ ਦੀ ਗੱਲ ਆ ਬਹੁਤ ਸਾਰੇ ਇਹ ਨੇ ਜਿਹੜੇ ਦੂਜੇ ਪਾਸੇ ਨੇ ਲੋਕਾਂ ਨੂੰ ਵੀ ਅੰਮ੍ਰਿਤਸਰ ਕੋਲ ਆਣਾ ਬੜਾ ਕੁਝ ਕਰ ਰਹੇ ਨੇ ਉਹਨਾਂ ਨੇ ਵੱਡੇ ਵੱਡੇ ਫਾਰਮ ਹਾਊਸ ਬਣਾਏ ਹੋਏ ਨੇ ਉਹਨਾਂ ਨੂੰ ਪੁੱਛੋ ਵੀ ਐਡੇ ਐਡੇ ਫਾਰਮ ਹਾਊਸ ਤੁਹਾਡੇ ਕੋਲ ਕਿੱਥੋਂ ਆ ਗਏ ਮੇਰੇ ਮੇਰੇ ਕੋਲ ਤਾਂ ਕੋਈ ਘਰ ਨਹੀਂ ਆ ਮੈਂ ਤਾਂ ਮੈਂ ਇਨੀ ਤਨਖਾਹ ਲੈਂਦਾ ਰਿਹਾ ਹੈਂ ਹੈ ਤੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਨਾ ਮੈਂ ਕਦੇ ਸ਼ਰਾਬ ਪੀਤੀ ਆ ਨਾ ਕਦੇ ਸਿਵਰਾ ਪੀਤੀਆਂ ਨੇ ਨਾ ਮੇਰੇ ਕੋਲ ਕੋਈ ਗੱਡੀ ਹੈ ਨਾ ਮੈਨੂੰ ਚੜਾਉਣੀ ਹੁੰਦੀ ਮੈਂ ਤਾਂ ਸਕੂਟਰ ਵੀ ਨਹੀਂ ਚਲਾਉਂਦਾ ਨਾ ਨਾ ਮੈਂ ਹਵਾਈ ਜੰਜ ਚ ਸਫਰ ਕਰਦਾ ਨਾ ਮੈਂ ਹੋਟਲਾਂ ਚ ਰੋ ਮੈਂ ਤਾਂ ਸਧਾਨ ਦਾਲ ਰੋਟੀ ਖਾਂਦਾ ਮੇਰੇ ਫਿਰ ਪੈਸੇ ਕਿੱਥੇ ਜਾਂਦੇ ਨੇ ਐਨੀ ਮੈਨੂੰ ਤਾਂ ਕਾਮਿਲ ਦੀ ਸੀ ਹੁਣ ਐਨੀ ਪੈਨਸ਼ਨ ਮਿਲਦੀ ਐ ਇਹਦਾ ਮਤਲਬ ਜਿਨ੍ਹਾਂ ਨੇ ਐਡੇ ਐਡੇ ਫਾਰਮ ਹਾਊਸ ਬਣਾਏ ਨੇ ਕਿੱਥੋਂ ਦਾ ਪੈਸਾ ਆਈ ਹੋਣਾ ਨਾ ਉਹ ਦਸਨ ਵਿੱਚੋਂ ਆਇਆ ਆਪ ਤੁਸੀਂ ਉਹ ਤਾਂ ਇਹੀ ਆ ਵੀ ਚੱਲ ਜਾ ਬੱਚਾ ਸੋਲੀ ਆਰਾਮ ਪੜੀ ਕਰੇਗੇ ਦੂਜਿਆਂ ਨੂੰ ਤੁਸੀਂ ਦੂਜਿਆਂ ਦੇ ਬੱਚਿਆਂ ਨੂੰ ਪੜਕਾਈ ਜਾਓ ਤੇ ਆਪ ਆਵਦਾਇਸ਼ ਕਰੋ ਆਪਦੇ ਬੱਚਿਆਂ ਨੂੰ ਆਸ਼ ਕਰਾਓ ਬਾਦਲ ਸਾਹਿਬ ਨੇ ਇਹੀ ਕਰਿਆ ਇੱਕ ਪਾਸੇ ਮਰਜੀਵਲੇ ਬਣਾ ਲੇ ਤੇ ਦੂਜੇ ਪਾਸੇ ਜਾ ਕੇ ਉੱਥੇ ਆਪਣਾ ਆਪਦੇ ਬੱਚੇ ਬਾਹਰ ਪੜਨੇ ਰਿਹਾ ਉਹਦਾ ਭਤੀਜਾ ਵੀ ਤੇ ਆਪਦਾ ਬੇਟਾ ਵੀ ਜਮਾਨੋਂ ਪੜ੍ਹ ਕੇ ਆਇਨੇ ਇਦਾਂ ਹੀ ਹੁਣ ਨੇ ਕਈਆਂ ਨੇ ਕਿਸੇ ਨੇ ਕੋਈ ਆਪਦਾ ਵੱਡਾ ਬਿਜ਼ਨਸ ਕਰ ਲਿਆ ਮੁਲਕਾਂ ਦੇ ਬਾਹਰਲੇ ਮੁਲਕਾਂ 'ਚ ਬੈਠ ਕੇ ਦੂਜਿਆਂ ਨੇ ਕਰ ਲਿਆ ਉੱਥੇ ਪਤਾ ਵੀ ਉੱਥੇ ਜੋ ਮਰਜ਼ੀ ਕਹੀ ਜਾਓ ਭਾਰਤ ਨੂੰ ਜੋ ਗਾਲਾਂ ਕਢੀ ਜਾਓ ਉਹਦੇ 'ਚ ਕਿਸੇ ਨੂੰ ਕੁਝ ਕਹਿਣਾ ਨਹੀਂ ਐ ਉੱਥੇ ਨਾਲੇ ਆਪਦਾ ਬਿਜ਼ਨਸ ਕਰੋ ਨਾਲੇ ਆਪਦੀ ਐਸ਼ ਕਰੋ ਨਾਲੇ ਇੱਥੇ ਲੋਕਾਂ ਨੂੰ ਆਪਦੇ ਪਿੱਛੇ ਢਾਈ ਰੱਖੋ ਇਹ ਤਾਂ ਸੌਖੇ ਕੰਮ ਐ ਨਾ ਸੋ ਇਹ ਕੰਮ ਹੋ ਰਿਹਾ ਤਾਂ ਕਰਕੇ ਸਿੱਖੀ ਨਹੀਂ ਫਰਹੀ ਕਿ ਸਿੱਖੀ ਦੇ ਜਿਹੜੇ ਤਰੀਕੇ ਸੀ ਜਿੰਨਾ ਧਾਰਮਿਕ ਸਿੱਖੀ ਕਿਨੇ ਫੜਾਉਣੀ ਸੀ ਸਿੱਕਿਵਲ ਨਹੀਂ ਗੁਰਦੁਆਰੇ ਨੇ ਸ਼ਰਮਣੀ ਕਮੇਟੀ ਨੇ ਸ਼ਰਮਣੀ ਕਮੇਟੀ ਦਾ ਤੇ ਬਾਦਲਾਂ ਦਾ ਕੰਮ ਗਿਆ ਬਾਦਲਾਂ ਦਾ ਪਰਿਵਾਰਵਾਦ ਦਾ ਸਿਸਟਮ ਹੈ ਉਹਨਾਂ ਨੇ ਆਪਣੇ ਵਪਾਰ ਨੂੰ ਸਭਾ ਦੇਖਣਾ ਹੈ ਉਹਨਾਂ ਨੇ ਧਰਮ ਨੂੰ ਨਹੀਂ ਅੱਗੇ ਰੱਖਣਾ ਉਹਨਾਂ ਨੇ ਵਪਾਰ ਨੂੰ ਅੱਗੇ ਰੱਖਣਾ ਹੈ ਉਹ ਐਸਜੀਪੀਸੀ ਵੀ ਬਾਦ ਨੂੰ ਅੱਗੇ ਰੱਖਦੇ ਨੇ ਸੋ ਇਸ ਤੋਂ ਗੱਲ ਕਿ ਸਾਰੀ ਗੱਲ ਆਖੀ ਹੈ ਹੋਰ ਕੋਈ ਝਗੜਾ ਨਹੀਂ ਹੈ ਸਹੀ ਬਿਲਕੁਲ ਸਭ ਲੋਕਾਂ ਨੇ ਤਾਂ ਤਰਾਸਦੇ ਹੀ ਹੰਡਾਈ ਤੇ ਅੱਗੇ ਵੀ ਹੰਡਾਉਂਦੇ ਰਹਿਣਗੇ ਲੋਕੀ ਸੱਤਾ ਦੇਣ ਵਾਲੇ ਨੇ ਤੇ ਫਿਰ ਲੋਕਾਂ ਦਾ ਹੀ ਛੇਤਰ ਪੈਂਦੇ ਨੇ ਸੋਟ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਤੁਹਾਡਾ ਬਹੁਤ-